ਪੀਐਸ ਵਾਕਤ ਜਿੰਨੇ ਵੀ ਹਾਲੀ ਅੱਜ ਤੱਕ ਆਏ ਆ ਜਾਂ ਕੋਈ ਸਮਝਦਾਰ ਹਕੀਮ ਹਜ਼ਰਤ ਆਗੇ ਆ ਰਾਣੇ ਦੇ ਪਾਏ ਦਾ ਆਦਮੀ ਕੋਈ ਨਹੀਂ ਹੈਗਾ ਸਹੀ ਜੀ ਰਾਣਾ ਸਾਹਿਬ ਹਰ ਚੀਜ਼ ਨੂੰ ਬੈਲਾ ਨੂੰ ਵੀ ਸਮਝਦੇ ਸੀ ਤੇ ਪਜਾਣੇ ਵੀ ਜਾਣਦੇ ਸੀ ਔਰ ਵੀ ਅੱਜ ਤੱਕ ਰਾਣ ਚ ਕੋਈ ਟਾਈਮ ਐਸਾ ਨਹੀਂ ਛੇਤ ਦੇ ਵੀ ਰਹੇ ਆ ਉਹ ਅੱਜ ਤੱਕ ਬਾਹ ਅੱਡ ਕੇ ਨਾਮ ਅੱਗਾ ਦੂਸਰੇ ਬੰਦੇ ਨੂੰ ਜਿਹੜੇ ਪ੍ਰਾਣੇ ਆ ਨਾ ਉਹਨਾਂ ਨੂੰ ਮੈਂ ਦੂਸਰਿਆਂ ਨਾਲੋਂ ਬਿਹਤਰ ਸਮਝਦਾ। ਇੱਕ ਅਬਦਲ ਸਤਾਰ ਗੰਜੂ ਵਾਲੇ ਜੀ। ਹਾਂਜੀ। ਇੱਕ ਸ਼ਬੀਰ ਸੈਨ ਇੱਕ ਬੱਗਾ ਆ ਮੁੰਡਾ ਜੀ ਸਾਡੇ ਪਿੰਡ ਦਾ। ਹਾਂਜੀ। ਇਹ ਠੀਕ ਆ ਦੂਸਰਿਆਂ ਦੀ ਨਿਸ਼ਬਤ। ਹਾਂਜੀ। ਅੱਛਾ। ਇਹ ਰਾਡ ਮੈਂ ਦੱਸਦਾ। ਇੱਕ ਸਾਡੀ ਰਾਤਰੀ ਦਾ اشرف ਸੀ ਜੀ ਫੌਟ ਹੋ ਗਿਆ 85 ਚ। 85 ਪਿੰਡ ਚ ਜੀ। ਹਾਂਜੀ। ਅਰਜਾਨੇ ਦੇ ਅਸਦੀਕ। ਅੱਛਾ ਜੀ। ਉਹਦੇ ਬੱਚੇ ਸੀ ਇਟਲੀ ਚ ਕੰਮ ਕਰਦੇ। ਹਾਂਜੀ। ਉਹ ਇਟਲੀ ਚੋਂ ਲੈ ਕੇ ਆਏ ਇੱਕ ਰਾਡ। ਇਹ ਰਾਡ ਰਾਡ ਲਿਆ ਕੇ ਉਹਨਾਂ ਨੇ ਰਾਣਾ ਸਾਹਿਬ ਨੂੰ ਇਹ ਦਿੱਤਾ ਹੈ ਗਿਫਟ ਦਿੱਤਾ ਜੀ ਗਿਫਟ ਦਿੱਤਾ ਸੀ ਅੱਛਾ ਜੀ ਇਹ ਰਾਣਾ ਸਾਹਿਬ ਕੋ ਪਹਿਲਾ ਸਾਰੇ ਸ਼ੌਕੀਨ ਹਜ਼ਾਰਤ ਨਾਲੋਂ ਸਭ ਤੋਂ ਪਹਿਲੇ ਰਾਣਾ ਸਾਹਿਬ ਕੋ ਇਹ ਰਾਡ ਆਇਆ ਇਹ ਰਾਡ ਇਹਨਾਂ ਨੇ ਪਹਿਲੇ ਇਸਤੇਮਾਲ ਕੀਤਾ ਅ ਰੇਟ ਚੱਕਾ ਜੀ ਉੱਥੇ ਦੌਰ ਸੀ ਅੱਛਾ ਜੀ ਵਿਆੜੀ ਦਾ ਬਹੁਤ ਸੀ ਇਹਨਾਂ ਕੋ ਆਇਆ ਹੈ ਇੱਕ ਜਾਂਦੇ ਸੀ ਉਹ ਬੌਲਦ ਲਿਆਂਦਾ ਸੀ ਨਹੀਂ ਇੱਕ ਇਹ ਨਾਲ ਕੋ ਆਪਣਾ ਵੀ ਸੀ ਇਹ ਦੋਏ ਬੌਲਦ ਜੋੜ ਕੇ ਤਾਂ ਭਜਾਏ ਆ ਤਾਂ ਉਸ ਲਈ ਇਹਨਾਂ ਨੇ ਰਾਡ ਸ਼ੋ ਹੋਇਆ ਉਹ ਪੇ ਰਾੜ ਆਇਆ ਫਿਰ ਸਾਰੇ ਹਜ਼ਰਤ ਜਿੰਨੇ ਵੀ ਆ ਹੌਕੀਨ ਹੈਗੇ ਆ ਉਹ ਅਸ਼ਰਫ ਕੋ ਫੇ ਜਾਂਦੇ ਰਹੇ ਫੇ ਅਗਵਾਉਂਦੇ ਰਹੇ ਹੁਣ ਤਾਂ ਇਹ ਸਾਰਿਆਂ ਦੇ ਕੋਲ ਹੀ ਆ ਹੁਣ ਇੱਥੇ ਬਣਨ ਲੱਪੇ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁਅਲੈਕਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਸ਼ਹੀਨ ਆਫ ਏਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਬਾਸ਼ ਸ਼ਹੀਨ ਐਸ ਵਿਲੇਜ ਜਿਹੜੀ ਅਸੀਂ ਲੈਂਦੇ ਪੰਜਾਬ ਪਾਕਿਸਤਾਨ ਡਿਵੀਜ਼ਨ ਫੈਸਲਾਬਾਦ ਜ਼ਿਲ੍ਹਾ ਟੋਬਾ ਟੈਕਸਿੰਗ ਤੇ ਟੋਬਾ ਟੈਕਸਿੰਗ ਦਾ ਪਿੰਡ ਹੈ ਜੀ ਜ਼ਖੀਰੇ ਦੇ ਬਿਲਕੁਲ ਨਾਲ ਪਿੰਡ ਹੈ 360 ਗਾਹਵੇ ਤੇ ਇਹਤੇ ਮੇਰੇ ਨਾਲ ਮੌਜੂਦ ਨੇ ਜੀ ਚੌਧਰੀ ਅਸ਼ਰਫ ਗੁੱਜਰ ਸਾਹਿਬ ਜੀ ਚੇਅਰਮੈਨ ਔਰ ਉਹਨਾਂ ਦੇ ਭਾਈ ਨੇ ਜੀ ਪੰਜਾਬ ਸੱਭਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੱਕ ਨਾਮ ਆ ਬੈਲ ਦੌੜ ਦੇ ਵਿੱਚ ਬੈਲ ਸ਼ਕਾਰ ਦੇ ਵਿੱਚ ਆਜ਼ਮ ਸਵਾਰ ਜੀ ਤੇ ਅੱਜ ਜੀ ਅਸੀਂ ਇਹਨਾਂ ਦੇ ਕੋਲ ਮੌਜੂਦ ਆ ਜੀ ਇਹਨਾਂ ਦੇ ਇਸ ਵੇਲੇ ਡੇਰੇ ਤੇ ਮੌਜੂਦ ਆ ਜੀ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਸੱਭਾਤ ਦੀ ਤੇ ਸ਼ੌਕ ਦੇ ਮਤਲਕਾ ਕਿ ਇਹਨਾਂ ਦੀ ਫੈਮਿਲੀ ਦੇ ਵਿੱਚ ਕਿਦੋਂ ਸ਼ੌਕ ਆਇਆ ਤੇ ਔਰ ਕਿਹੜੇ ਕਿਹੜੇ ਨਾਮ ਵਰ ਇਹਨਾਂ ਨੇ ਬੈਲ ਰੱਖੇ ਜੇ ਅਸਲਾਮੁਅਲੈਕਮ ਜੀ ਵਾਲੇਕਮ ਅਸਲਾਮ ਜੀ ਚਰ ਸਾਹਿਬ ਕੀ ਹਾਲ ਹੈ ਜੀ ਠੀਕ ਠਾਕ ਜੀ ਹੋਰ ਠੀਕ ਦੁਆਵਾਂ ਹੋਰ ਸਭ ਖੈਰ ਹੈ ਜੀ ਸਭ ਠੀਕ ਹੈ ਅੱਲਾ ਦਾ ਕਰਮ ਹੈ ਅੱਛਾ ਚਰ ਸਾਹਿਬ ਤੁਹਾਡੇ ਜਿਹੜੇ ਵਡੇਰੇ ਆ ਜੀ ਉਹ ਇੱਥੋਂ ਦੇ ਰਹਿਣ ਵਾਲੇ ਆ ਜਾਂ ਕਿ ਉਧਰੋਂ ਮਾਈਗ੍ਰੇਟ ਕਰਕੇ ਆਏ ਜੀ ਉਹ ਇੰਡੀਆ ਚੋਂ ਉੱਠ ਕੇ ਆਏ ਜੀ ਅੱਛਾ ਜੀ ਇੰਡੀਆ ਚੋਂ ਮਾਜਰ ਹੋਏ ਜੀ ਇੱਥੇ ਆਏ ਅੱਛਾ ਜੀ ਇੱਥੇ 360 ਚ ਆਏ ਜੀ ਇੱਥੇ 360 ਚ ਆਏ ਆ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀ ਜੀ ਮੇਰੇ ਵਾਲਦ ਸਾਹਿਬ ਦਾ ਨਾਮ ਜੀ ਫਾਤਿਮਾ ਮਮਾ ਦੇ ਫਤਿਮਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਤੁਹਾਡੀ ਫੈਮਿਲੀ ਜਦੋਂ ਉਧਰੋਂ ਇੱਧਰ ਆਈ ਜੀ ਬਜ਼ੁਰਗ ਦੱਸਦੇ ਹੋਣਗੇ ਜੀ ਤੁਹਾਡੀ ਤਾਂ ਜੰਪਾਲ ਪਾਕਿਸਤਾਨ ਦਾ ਹੀ ਨਾ ਜੀ ਪਾਕਿਸਤਾਨ ਚ ਹਾਦਸਾ ਹੋਈ ਹੈ ਜੀ ਤੁਹਾਡੇ ਜਿਹੜੇ ਮਾਨੂੰਨੀ ਸੌ ਕੋਈ 56 ਚ ਅੱਛਾ ਜੀ ਜਿਹੜੇ ਤੁਹਾਡੇ ਵਡੇਰੇ ਆ ਜੀ ਰੰਜਾ ਜੀ ਜਿਹੜੇ ਤੁਹਾਡੇ ਵਡੇਰੇ ਜਦੋਂ ਉਧਰੋਂ ਇੱਧਰ ਆਏ ਜੀ ਹਾਂਜੀ ਆਸਾਨੀ ਨਾਲ ਹੀ ਆ ਗਏ ਕਿ ਪਰੇਸ਼ਾਨੀਆਂ ਨਾ ਆਏ ਜੀ ਅਰੇ ਪਰੇਸ਼ਾਨੀਆਂ ਨਾ ਆਈ ਜੀ ਬੇਬਾ ਅੱਛਾ ਜੀ ਉੱਥੋਂ ਕੀ ਲੈ ਕੇ ਆਏ ਤੁਸੀਂ ਖਾਲੀ ਦੌੜੇ ਆਏ ਆ ਅੱਛਾ ਜੀ ਆ ਕੇ ਇੱਥੇ ਜਾ ਕੇ ਬੈਠੇ ਇੱਥੇ ਮਿਹਨਤਾਂ ਫੇਰ ਕਰਕੇ ਸੈਟਲ ਹੋਇਆ ਅੱਛਾ ਜੀ ਹਾਂਜੀ ਤੇ ਤੁਹਾਡੀ ਫੈਮਿਲੀ ਦੇ ਵਿੱਚ ਜੀ ਇਹ ਬੈਲ ਦੌੜ ਦਾ ਬੈਲ ਸ਼ਕਾਰ ਦਾ ਸ਼ੌਕ ਜੀ ਕਿੰਨੇ ਸ਼ੁਰੂ ਕੀਤਾ ਜੀ ਇਹ ਅਸਲ ਜੀ ਸਾਡੇ ਮਾਮੇ ਨੇ ਕੀਤਾ ਜੀ ਅੱਛਾ ਜੀ ਕੀ ਨਾਸੀਬ ਦੁਰਗਾ ਦਾ ਜੀ ਹਜੀ ਲਾਈ ਜੀ ਅੱਛਾ ਜੀ ਉਹ ਹਜੇ ਵੀ ਹਜ਼ਾਤ ਹੈ ਅੱਛਾ ਜੀ ਤੇ ਬਾਅਦ ਵਿੱਚ ਮੇਰਾ ਆਚਾ ਸੀ ਜੀ ਹਾਂਜੀ ਉਹਨਾਂ ਨੇ ਕੀਤਾ ਹਾਂਜੀ ਇਹਨਾਂ ਨੇ ਕੀਤਾ ਜੀ ਮੇਰੇ ਫੈਂਡ ਚ ਤਾਂ ਹੈਗਾ ਸੀ ਰਫੀਕ ਸੀ ਹਾਂਜੀ ਡਾਕਟਰ ਸੂਦੇ ਦਾ ਨੰਨਾ ਜੀ ਹਾਂ ਜੀ ਅੱਛਾ ਜੀ ਉਹਦਾ ਨੰਨਾ ਸੀ ਉਹ ਹਾਂ ਜੀ ਐਲਓ ਹੈਗਾ ਸੀ ਅਸੀਂ ਵੀ ਨਾਲ ਵਿੱਚ ਸ਼ਾਮਲ ਸੀ ਅੱਛਾ ਜੀ ਇਹ ਵੀ ਲੱਗੇ ਰ ਟੂਰਨਾਮੈਂਟ ਹੁੰਦੇ ਸੀ ਪਹਿਲੇ ਐਲਈ ਹੁੰਦੇ ਸੀ ਹਾਂ ਜੀ ਮੇਲਿਆਂ ਤੇ ਨਹੀਂ ਇਹ ਤੇ ਲੈ ਜਾਣਾ ਉੱਥੇ ਆ ਕੇ ਆ ਜਾਣੇ ਹਾਂ ਜੀ ਫਿਰ ਇਹ ਟੂਰਨਾਮੈਂਟ ਵੀ ਹੋਣ ਲੱਪੇ ਅੱਛਾ ਜੀ ਇਹਦੇ ਅਸੀਂ ਇੱਕ ਜੀ ਪਹਿਲੇ ਟੂਰਨਾਮੈਂਟ ਅਸੀਂ ਇੱਕ ਆ ਉੱਥੇ ਇਹ ਉਹ ਵੀ ਆ ਸਿਰਫ ਔੜੇ ਵਾਲੀ ਅੱਛਾ ਜੀ ਐਲੀ ਟੂਰਨਾਮੈਂਟ ਉੱਥੇ ਹੋਣ ਲੱਗੇ ਆ ਅੱਛਾ ਜੀ ਤੇ ਸਾਡੀ ਹੋਸਟ ਤੇ ਕਹੀ ਅਸੀਂ ਅੱਛੇ ਸੀ ਕਿ ਜਦੋਂ ਰਾਣਾ ਸਾਹਿਬ ਦੇ ਔਲ ਦੇ ਇੱਥੇ ਭੱਜਦੇ ਹੁੰਦੇ ਸੀ ਰਾਣਾ ਸ਼ਰੀਫ ਸਾਹਿਬ ਦੇ ਜਦੋਂ ਭਜਾਉਂਦੇ ਸੀ ਤੁਸੀਂ ਬੱਚੇ ਸੀਗੇ ਜੀ ਹਾਂ ਜੀ ਹਾਂ ਜੀ ਅੱਛਾ ਜੀ ਅਸੀਂ ਉਹ ਦੌੜ ਇੱਥੋਂ ਭਾਗੜ ਤੋਂ ਲੈ ਕੇ ਆ ਹੋਕਰ ਤੱਕ ਬਿਲਕੁਲ ਰਾਣਾ ਸਾਹਿਬ ਨੇ ਇਹਦਾ ਜ਼ਿਕਰ ਕੀਤਾ ਜੀ ਨਹਿਰ ਦੇ ਨਾਲ ਨਾਲ ਨਹਿਰ ਦੇ ਨਾਲ ਨਾਲ ਬੜੀ ਚੈਲੰਜ ਤੇ ਦੌੜ ਹੋਈ ਸੀ ਹਾਂ ਜੀ ਉਹ ਰਾਣਾ ਸਾਹਿਬ ਇੱਥੋਂ ਕਾਮਯਾਬ ਹੁੰਦੇ ਰਹਿਏ ਹਾਂਜੀ ਤਕਰੀਬਨ ਆਈ ਮੌਸਮ ਸੀ ਦੱਸਦੇ ਕਿ ਕਣਕ ਨੂੰ ਪਾਣੀ ਲੱਗਾ ਸੀਗਾ ਹਾਂਜੀ ਇਹੀ ਮੌਸਮ ਹੋਊਗਾ ਯਾ ਇਹ ਤੋਂ ਕੁਝ ਇਤ ਲੇਟ ਹੋਏ ਯਾਨੀ ਕਣਕ ਹੈਗੀ ਸੀ ਕਣਕ ਨੂੰ ਪਾਣੀ ਲੱਗਾ ਸੀ ਹਾਂਜੀ 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 ਹਰੀ ਕਣਕ ਸੀ ਹਾਂਜੀ ਅੱਛਾ ਜੀ ਇਸੇ ਹਿਸਾਬ ਨਾਲ ਐਲੀ ਇਹ ਸੀ ਦੌੜਦੇ ਫੇਰ ਤਾਂ ਇਹਨਾਂ ਦੀ ਪਾਰਟੀ ਇਸਤੇ ਵੀ ਦੌੜਾ ਹੋਈਆਂ ਅੱਛਾ ਜੀ ਰਾਣਾ ਸਾਹਿਬ ਘਰੋਂ ਪੁੱਛ ਅਸੀਂ ਰਲ ਗਏ ਅੱਛਾ ਤੁਹਾਡਾ ਜਿਹੜਾ ਗਰੁੱਪ ਆ ਹਮਦਰਦੀਆਂ ਰਾਣਾ ਸਾਹਿਬ ਨਾਲ ਰਹੀਆਂ ਜੀ ਰਾਣਾ ਸਾਹਿਬ ਨਾਲ ਰਹੀਆਂ ਅੱਛਾ ਜੀ ਰਾਣਾ ਛਾਪ ਸੀ ਦੂਸਰੇ ਪਾਸੇ ਇੱਕ ਆਮ ਆਰਾਮੀਆਂ ਸੀ ਹਜ਼ਾਰਾਂ ਦੀ ਇੱਕ ਹਾਂਜੀ ਤੇ ਹਾਜੀ ਹਰਕ ਸੀ 52 ਦਾ ਹਾਂਜੀ ਇਹ ਇੱਕ ਪਾਸੇ ਹੋਗਾ ਹਾਂਜੀ ਫਿਰ ਸੇਠ ਲੜ ਗਿਆ ਇੱਕ ਇਹਨਾਂ ਨਾਲ ਹਸਰਾ ਬਾਦ ਦਾ ਅਬਦਲ ਅਬਦੁਲ ਹਮੀਦ ਹਾਂਜੀ ਉਹ ਫਿਰ ਰਾਣਾ ਛਾਪ ਦੇ ਆਕਾਬਲੇ ਤੇ ਬਰ ਅੱਲਾ ਨੇ ਰਾਣਾ ਛਾਪ ਨੂੰ ਨਾਕਾਮਯਾਬੀ ਦਿੱਤੀ ਅੱਛਾ ਜੀ ਹਰ لحاظ ਨਾਲ ਇਹਨਾਂ ਨਾਲੋਂ ਸਹੀ ਜੀ ਤੇਨ ਮਿਲਦੀ ਦੌਰ ਵੀ ਇਹਨਾਂ ਨੇ ਉਹਨਾਂ ਭੱਜੀ ਏ ਉਹਦੇ ਚ ਵੀ ਹਰਦੇ ਰਹੇ ਇਹ ਪਾਰਟੀ ਰਾਣਾ ਇਹ ਕਾਮਯਾਬ ਹੁੰਦਾ ਰਿਹਾ ਅੱਛਾ ਜੀ ਤੁਹਾਡੇ ਕੋਲ ਤੁਹਾਡੀ ਫੈਮਿਲੀ ਕੋਲ ਬੈਲ ਉਹ ਨੰਬਰ ਹੁੰਦੇ ਸੀ ਜੀ ਆ ਸਾਡੇ ਕੋਲ ਹੁੰਦਾ ਸੀ ਜੀ ਇਹੜੇ ਤਾਂ ਮੇਰੇ ਕੋਲ ਰਹਿ ਜੀ ਉਹ ਤਕੀਨਾ ਇੱਕ ਬੈਲ ਸੀ ਜੀ ਇੱਕ ਭੱਲਾ ਹੁੰਦਾ ਸੀ ਜੀ ਅੱਛਾ ਜੀ ਇਹ ਵੀ ਦੋ ਐਲ ਅچھے ਸੀ ਦੌੜਦੇ ਰਹੇ ਕੋਈ ਫਰਸਟ ਕੱਪ ਵੀ ਅਸੀਂ ਅਕਕੀਸੀ 2 3 ਇੰਨੇ ਬੈਲ ਨਾਲ ਰਾਣੇ ਸਾਹਿਬ ਦਾ ਹੋਟਾ ਅਸਜਾਉ ਦੇ ਨਾਲ ਛੋੜ ਕੇ ਅੱਛਾ ਜੀ ਹਾਂ ਤੇ ਕਿਉਂ ਅਸੀਂ ਪਾਰਟੀ ਇਹਦੇ ਨਾਲ ਸੀ ਤੁਹਾਡੀ ਚੋਰੀ ਸਾਹਿਬ ਫੈਮਿਲੀ ਦੀ ਸਿਆਸਤ ਦੇ ਵਿੱਚ ਰਗਬਤ ਕਿਦਾਂ ਹੋਈ ਜੇ ਸਿਆਸਤ ਦੇ ਨਾਲ ਕਿੰਨਾ ਕੁ ਤਲ ਲੱਗ ਰਿਹਾ ਜੀ ਤੁਹਾਡਾ ਜੀ ਉਹ ਜੀ ਸਿਆਸਤ ਨਾਲ ਤੇ ਬਾਪ ਦਾਦੇ ਤੋਂ ਆ ਜੀ ਅੱਛਾ ਜੀ ਪਿੱਛੇ ਵੀ ਹੈਗਾ ਸੀ ਉੱਧਰ ਵੀ ਸਿਆਸਤ ਕਰਦੇ ਸੀ ਇੰਡੀਆ 'ਚ ਵੀ ਉੱਥੇ ਵੀ ਕਰਦੇ ਸੀ ਅੱਛਾ ਜੀ ਤੇ ਮੇਰੇ ਬਾਲ ਸਹਾਬ ਇੱਥੇ ਆ ਕੇ ਵੀ ਕਰਦੇ ਸੀ ਅੱਛਾ ਜੀ ਹਾਂਜੀ ਤੇ ਤੁਸੀਂ ਖੁਦ ਵੀ ਚੇਅਰਮੈਨ ਇਲੈਕਟ ਹੋਏ ਜਾਂ ਕਿ ਉਹਨਾਂ ਦੀ ਨਿਸ਼ਬਤ ਨਾਲ ਚੇਅਰਮੈਨ ਕਿਹਾ ਜਾਂਦਾ ਤੁਹਾਨੂੰ ਜੀ ਉਹਨਾਂ ਦੀ ਨਿਸ਼ਬਤ ਨਾਲ ਅੱਛਾ ਜੀ ਮੈਂ ਕਾਉਂਸਲਰ ਹੀ ਹੁੰਦਾ ਰਿਹਾ ਅੱਛਾ ਜੀ ਇੱਕ ਵਾਰੀ ਮੇਰਾ ਅਜ਼ਨ ਹੋਇਆ ਸੀ ਨਾਇਬ ਨਾਜ਼ਮ ਜੂਨੀਅਰ ਕਾਉਂਸਲ ਦਾ ਤੁਹਾਡੇ ਪਿੰਡ 'ਚ ਹੀ ਰਹਿੰਦਾ ਜੀ ਮੇਰੇ ਨਾਲ ਇਹਦਾ ਭਾਈ ਹੈ ਜੀ ਆੜਾ ਅੱਛਾ ਉਹਦਾ ਬڑا ਭਾਈ ਹੈ ਜੀ ਬڑا ਭਾਈ ਹੈ अच्छा जी हां जी ਇਹਨਾਂ ਸਾਡਾ ਹਜੇ ਵੀ ਤਰਲ ਹੈਗਾ ਸਹੀ ਜੀ ਤੇ ਜਿਹੜਾ ਪਹਿਲਾਂ ਵਾਲਾ ਉਹ ਹੁਣ ਇਹਨਾਂ ਦਾ ਹਾਂ ਜੀ ਜੀ ਆਜ਼ਮ ਸਾਹਿਬ ਨਾਲ ਗੱਲ ਕਰਦੇ ਜੀ ਜੇਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਆਜ਼ਮ ਸਾਹਿਬ ਕੀ ਹਾਲ ਹੈ ਜੀ ਠੀਕ ਠਾਕ ਜੀ ਔਰ ਅੱਲਾਹ ਦਾ ਸ਼ੁਕਰ ਜੀ ਅੱਛਾ ਆਜ਼ਮ ਸਾਹਿਬ ਸ਼ੌਕ ਬਜ਼ੁਰਗਾਂ ਜਿਸ ਨੇ ਦੱਸਿਆ ਕਿ ਅੰਕਲ ਫਜ਼ਲ ਲਈ ਤੁਹਾਡੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਸ਼ੌਕ ਸ਼ੁਰੂ ਕੀਤਾ ਜੀ ਰਫੀਕ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਤੇ ਤੁਹਾਡੇ ਚ ਸਵਾਰੀ ਤੁਸੀਂ ਖੁਦ ਕਰਦੇ ਰਹੇ ਜੀ ਹਾਂ ਜੀ ਮੈਂ ਖੁਦ ਭਜਾਂਦੇ ਰਹੇ अच्छा जी ਤੁਸੀਂ ਸਵਾਰੀ ਕਿਨ ਨਾਲ ਦੇਖ ਕੇ ਕੀਤੀ ਜੀ ਮੈਂ ਰਾਣਾ ਸਾਹਿਬ ਜੀ ਰਾਣਾ شریف ਉਹਨਾਂ ਦੇ ਨਾਲ ਸੀ ਤੱਲਕ ਉਹਨਾਂ ਨਾਲ ਦੇਖ ਕੇ ਕੀਤੀ ਅੱਛਾ ਜੀ ਰਾਣਾ ਸਾਹਿਬ ਦੀ ਸਵਾਰੀ ਦੇ ਕਿਹੜੇ ਟੈਕਟ ਕਿਹੜੀ ਤਕਨੀਕ ਤੁਹਾਨੂੰ ਪਸੰਦ ਸੀ ਜ਼ਿਆਦਾ ਜੀ ਉਹ ਜ਼ਿਆਦਾ ਇਹ ਸੀ ਕਿ ਉਹ ਟੱਗਿਆਂ ਨੂੰ ਮਾਰਦੇ ਘੱਟ ਸੀ ਅੱਛਾ ਜੀ ਡਰਾ ਕੇ ਭਜਾਉਂਦੇ ਸੀ ਤੇ ਦੂਸਰਾ ਉਹਨਾਂ ਦੀ ਜਿਹੜੀ ਮਿਹਨਤ ਟੱਗਿਆਂ ਨੂੰ ਜ਼ਿਆਦਾ ਸੀ ਉਹ ਜਦੋਂ ਫੇਰਦੇ ਸੀ ਨਾ ਉਦੋਂ ਹੀ ਉਹਨਾਂ ਨੂੰ ਆਪਣੇ ਰੱਸਿਆਂ 'ਚ ਸਮਝਾ ਲੈਂਦੇ ਸੀ ਹਰ ਗੱਲ ਉਹ ਖੂਬੀਆਂ ਤੁਸੀਂ ਅਪਣਾਉਣ ਦੀ ਕੋਸ਼ਿਸ਼ ਕੀਤੀ ਜੀ ਕੀਤੀ ਜੀ ਉਹਨਾਂ ਦੇ ਨਾਲ ਕਾਮਯਾਬ ਹੋਏ ਜੀ ਉਹ ਬਿਹਤਰੀਨ ਰਿਹਾ ਜੀ ਉਹ ਟੈਕਨੀਕ ਉਹਨਾਂ ਵਾਲੀ ਤੁਸੀਂ ਉਹ ਟੈਕਨੀਕ ਤਕਰੀਬਨ ਕਰ ਲੈਂਦੇ ਸੋ ਪਹੁੰਚੇ ਉਸਤਾਦ ਤੱਕ ਨਹੀਂ ਜੀ ਮੈਂ ਉਹ ਭਜਾਉਂਦਾ ਰਿਹਾ ਜੀ ਉਸ ਹਿਸਾਬ ਨਾਲ ਨਹੀਂ ਬਿਲਕੁਲ ਤੁਸੀਂ ਘਟ ਮਾਰਦੇ ਰਹੇ ਜੀ ਹਾਂਜੀ ਅੱਛਾ ਜੇ ਤੁਸੀਂ ਇਹ ਸਟਾਰਟ ਕੀਤਾ ਜੀ ਭਜਾਉਣੇ ਸ਼ੁਰੂ ਕੀਤੇ ਉਦੋਂ ਇਸ ਜੂ ਦੇ ਵਿੱਚ ਕਿਹੜੇ ਕਿਹੜੇ ਮੈਦਾਨਾਂ ਵਿੱਚ ਤੁਸੀਂ ਜਾਂਦੇ ਸੀ ਕਿੱਥੇ ਮੈਦਾਨ ਲੱਗਦੇ ਸੀ ਕਿੱਥੇ ਰੜੀਆਂ ਵਿੱਚ ਭਜਦੇ ਸੀ ਅਸੀਂ ਜੀ 50 ਘਟ ਵਾਲਾ ਜਿਹੜਾ ਹੁਣ ਵੀ ਗਰਾਊਂਡ ਹੈ ਹੁਣ ਵੀ ਗਰਾਊਂਡ ਹੈ ਪੀਰਮਹੱਲ ਵਾਲਾ ਜੀ ਆ ਜਿਹੜਾ ਬਾਈਪਾਸ ਵਾਲਾ ਬਾਈਪਾਸ ਵਾਲਾ ਫਿਰ ਅਮਦਾਪੁਰ ਅਸੀਂ ਇੱਥੇ ਵੀ ਜਾਂਦੇ ਸੀ ਜੀ ਅੱਛਾ ਜੀ ਇਸ ਤੋਂ ਬਾਅਦ ਫਿਰ ਅਸੀਂ ਭਜਾਉਂਦੇ ਤੇ ਦੂਰ ਤੱਕ ਰਹਿ ਜਾਂ ਜੀ ਚਿਚਾ ਬਤਨੀ ਜਾ ਕੇ ਭਈ ਆਏ ਗਾਜ਼ੀਆਬਾਦ ਫਿਰ ਵਿਹਾੜੀ ਭਜਾਏ ਆ ਅੱਛਾ ਜੇ ਤੁਸੀਂ ਸਟਾਰਟ ਕੀਤਾ ਜੀ ਉਦੋਂ ਦੌੜ ਦਾ ਫਾਸਲਾ ਕਿੰਨਾ ਹੁੰਦਾ ਸੀ ਡਿਸਟੈਂਸ ਜੀ ਉਦੋਂ 10 ਕਿਲੇ ਸੀ ਜੀ ਜਦੋਂ ਪਹਿਲੀ ਦੌੜ ਮੇ ਭਜਾਈ ਆ ਉਦੋਂ 10 ਕਿਲੇ ਸੀ ਜੇ ਤੁਸੀਂ ਪਹਿਲੀ ਵਾਰੀ ਭਜਾਏ ਜੀ ਤੁਹਾਡੇ ਆਪਣੇ ਬੈਲ ਸੀ ਜਾਂ ਕਿਸੇ ਦੇ ਬੈਲਾਂ ਦੇ ਬੈਠੇ ਸੀ ਜੀ ਇੱਕ ਆਪਣਾ ਸੀ ਇੱਕ ਕਿਸੇ ਦਾ ਸੀ ਅੱ ਤੇ ਕੀ ਸੁਰਤਿਆ ਰਹੀ ਸੀ ਜਦੋਂ ਪਹਿਲੀ ਵਾਰੀ ਤੁਸੀਂ ਮੈਦਾਨ ਚ ਗਏ ਸੀ ਤੀਸਰੇ ਨੰਬਰ ਤੇ ਲੱਗੇ ਸੀ ਫਿਰ ਤੁਹਾਨੂੰ ਬੜੀ ਖੁਸ਼ੀ ਹੋਈ ਉਹਨੇ ਕਿ ਪਹਿਲੀ ਵਾਰੀ ਤੁਸੀਂ ਮੈਦਾਨ ਚ ਗਏ ਕੱਪ ਮਿਲ ਗਿਆ ਭਾਵੇਂ ਤੀਸਰਾ ਮਿਲਿਆ ਪਹਿਲੀ ਵਾਰੀ ਜੀ ਬੜੀ ਖੁਸ਼ੀ ਹੋਈ ਸੀ ਪਹਿਲੀ ਵਾਰੀ ਇੰਟਰ ਹੋਏ ਤੇ ਤੀਸਰਾ ਕੱਪ ਮਿਲਿਆ ਜੀ ਹਾਂਜੀ ਅੱਛਾ ਜੀ ਤੁਹਾਡਾ ਆਪਣਾ ਬੈਲ ਕਿਹੜੀ ਕੰਨੀ ਦਾ ਸੀ ਉਦੋਂ ਜੀ ਉਹ ਥੱਲੇ ਵਾਲੇ ਪਾਸੇ ਭਾਈ ਦਾ ਸੀ ਅੱਛਾ ਉਦੋਂ 10 ਕਿੱਲੇ ਦੌੜ ਦੇ ਵਿੱਚ ਜੀ ਮੁਜਮੂਹੀ ਤੌਰ ਤੇ ਬੈਲਾਂ ਦੀ ਕੀ ਕੰਡੀਸ਼ਨ ਰਹਿੰਦੀ ਸੀ ਜਿਹੜੇ ਤੁਸੀਂ ਭਜਾਉਂਦੇ ਸੀ ਜੀ ਉਹ ਠੀਕ ਹੁੰਦੇ ਸੀ ਹੁਣ ਵਾਲੀ ਗੱਲ ਨਹੀਂ ਸੀ ਤਰੀਕਾਕਾਰ ਜਿਹੜਾ ਉਹਦਾ ਤਾਂ ਹੁਣ ਦਾ ਫਰਕ ਆ ਉਦੋਂ ਸਟਾਰਟ ਤੋਂ ਬੈਲਾਂ ਨੂੰ ਮਾਰਦੇ ਨਹੀਂ ਸੀ ਬੰਦੇ ਜ਼ਿਆਦਾ ਕਿੱਲੇ ਕਿ ਜਾਂਦੇ ਆਰਾਮ ਨਾਲ ਪਿੱਛੇ ਆਉਂਦੇ ਸੀ ਕੋ ਚਾਰ ਕਿੱਲੇ ਤੋਂ ਬਾਅਦ ਹਕਾਈ ਸ਼ੁਰੂ ਹੁੰਦੀ ਸੀ ਫਿਰ ਅੱਗਦੇ ਸੀ ਉਹ ਤਕਰੀਬਨ ਉਹਨਾਂ ਦੀ ਔਸਤ ਜਿਹੜੀ ਸੀ ਫੀ ਕਿੱਲੇ ਦੀ ਉਹ ਰਲਦੀ ਮਿਲਦੀ ਹੁੰਦੀ ਸੀ ਆਖਰੀ ਕਿੱਲੇ ਜਾਂ ਆ ਕੇ ਕੁਝ ਸੈਂਡ ਵਧ ਜਾਂਦਾ ਸੀ ਅੱਛਾ ਜੀ ਲੇਕਿਨ ਉਹ ਚੰਗੇ ਭੱਜ ਜਾਂਦੇ ਸੀ ਹੁਣ ਸਟਾਰਟ ਚੋਂ ਹੀ ਮਾਰਨਾ ਸ਼ੁਰੂ ਕਰ ਦਿੰਦੇ ਆ ਮਾਰਨਾ ਮਾਰਨਾ ਪੈਂਦਾ ਜੀ ਹੁਣ ਹਾਂਜੀ ਦੌੜ ਛੋਟੀ ਹੋ ਗਈ ਇਸ ਵਾਸਤੇ ਮਾਰਨਾ ਪੈਂਦਾ ਅੱਛਾ ਦੌੜ ਛੋਟੀ ਚ ਜਿਹੜਾ ਸਵਾਰ ਨੂੰ ਜਿਹੜਾ ਮੁਸ਼ਕਲ ਨਹੀਂ ਹੋਈ ਜੀ ਹਾਂਜੀ ਮੁਸ਼ਕਲ ਹੈ ਤੇਜ਼ੀ ਕਰਨੀ ਪੈਂਦੀ ਹੈ ਜੇ ਦਾ ਕਿ ਨਿਕਲ ਗਿਆ ਫਿਰ ਨਹੀਂ ਰਲਿਆ ਜਾਂਦਾ ਉਹਦੇ ਨਾਲ ਦੁਬਾਰਾ ਹੁਣ ਨਹੀਂ ਜੀ ਛੋਟੀ ਦੌੜਾ ਨਹੀਂ ਦੁਬਾਰਾ ਕਵਰ ਨਹੀਂ ਹੁੰਦਾ ਅਗਰ ਕਿਸੇ ਤੋਂ ਕੋਈ ਗਲਤੀ ਹੋ ਗਈ ਦੁਬਾਰਾ ਉਹ ਕਵਰ ਨਹੀਂ ਹੁੰਦੀ ਬੜੀ ਦੌੜ ਦੇ ਵਿੱਚ ਕੋਈ ਫਰਕ ਵੀ ਹੋ ਜਾਂਦਾ ਸੀ ਕਲੀਅਰ ਹੋ ਜਾਂਦਾ ਸੀ ਜੀ ਹਾਂਜੀ ਉਹ ਥੋੜਾ ਬਹੁਤਾ ਹੋਵੇ ਤਾਂ ਢਗੇ ਕਵਰ ਕਰ ਲੈਂਦੇ ਸੀ ਸਫ਼ਰ ਜ਼ਿਆਦਾ ਹੁੰਦਾ ਸੀ ਅੱਛਾ ਜੀ ਤੇ ਢਗੇ ਕਵਰ ਕਰ ਲੈਂਦੇ ਸੀ ਤੁਸੀਂ ਹੁਣ ਸਵਾਰੀ ਕਰਦੇ ਹੋ ਹੁਣ ਘਟ ਗਏ ਬਹੁਤ ਤੇ ਕਿਉਂ ਘਟੇ ਕਿਉਂ ਜੀ ਵਜ੍ਹਾ ਕੀ ਬਣੀ ਸੀ ਕੁਛ ਨਹੀਂ ਵੈਸੇ ਹੀ ਉਮਰ ਦੇ لحاظ ਨਾਲ ਉਮਰ 50 ਸਾਲ ਤੋਂ ਉੱਤੇ ਹੋ ਗਈ ਅੱਛਾ ਜੀ ਇhtiyat ਕਰਦੇ ਆ ਆਪਣੇ ਕੇਅਰ ਕਰਦੇ ਆ ਜੀ ਹਾਂ ਜੀ ਅੱਛਾ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਕਿਹੜੀਆਂ ਕਿਹੜੀਆਂ ਨੰਬਰ ਦੌੜਾਂ ਦੇ ਵਿੱਚ ਹਿੱਸਾ ਲਿਆ ਤੇ ਤੁਸੀਂ ਜਿਹੜਾ ਜਿਹੜੇ ਪਹਿਲੇ ਨੰਬਰਾਂ ਚ ਆਏ ਜੀ ਦੌੜਾਂ ਜਿੰਨੀਆਂ ਵੱਡੀਆਂ ਹੋਈਆਂ ਸਾਰੀਆਂ ਚ ਜਾਂਦੇ ਸੀ ਅੱਛਾ ਜੀ ਜਿਹੜੀ 50 ਪੀਰਮਲ ਸਾਡੇ ਇੱਥੇ ਨੇੜੇ-ਨੇੜੇ ਹੁੰਦੀ ਸੀ ਸਾਰੀਆਂ ਦੌੜਾਂ ਜਾਂਦੇ ਸੀ ਸਾਰੀਆਂ ਚ ਹਿੱਸਾ ਲਈਦਾ ਸੀ ਕੋਈ ਯਾਦਗਾਰ ਤੁਹਾਡੀ ਪਾਰਟਿਸਪੇਸ਼ਨ ਹੋਈ ਹੋਵੇ ਕਿਸੇ ਦੇ ਵਿੱਚ ਜੀ ਹਾਂ ਜੀ ਉਹ ਯਾਦਗਾਰ 6-6 ਗੱਡੀਆਂ ਭਜੀਆਂ ਸੀ ਜੀ ਕਿੱਥੋਂ ਕਿੱਥੇ ਲੱਗ ਜੀ 50 ਜੀ ਭਜੀਆਂ ਸੀ ਜੀ ਅੱਛਾ ਜੀ 6 ਸਾਡੇ ਗਰੁੱਪ ਦੀਆਂ ਸੀ ਰਾਣਾ ਸਾਹਿਬ ਸੀ ਜਿਹਨਾਂ ਸਾਡੇ ਗਰੁੱਪ ਦੇ ਤੇ ਦੂਸਰੇ ਪਾਸੇ ਸੇਟ ਸੀ ਉਦੋਂ ਸਾਡੀਆਂ 5 ਗੱਡੀਆਂ ਜਿੱਤ ਗਈਆਂ ਸੀ ਉਹਨਾਂ ਦੀ 1 ਸੀ ਅੱਛਾ ਜੀ ਤੇ ਉਹ ਸਭ ਤੋਂ ਦੌੜ ਜਿਹੜੀ ਦਿਲਚਸਪ ਹੋਈ ਸੀ ਅੱਛਾ ਜੀ ਤੇ ਉਹਦੇ ਵਿੱਚ ਮੇਰੀ ਆਪਣੀ ਜੋਗ ਵੀ ਜਿਹੜੀ ਆ ਉਹ ਫਾਈਨਲ ਦੇ ਵਿੱਚ ਸੀ ਮੁਕਾਬਲੇ ਜਿਹੜੀਆਂ ਹੋਈਆਂ ਸੀ ਇੱਕ ਖੁਦ ਸਵਾਰੀ ਕਰਦੇ ਸੀ ਮੈਂ ਆਪ ਹੀ ਢਾਉਂਦਾ ਸੀ ਹਾਂਜੀ ਅੱਛਾ ਜੀ ਫਿਰ ਉਹਦੇ ਵਿੱਚੋਂ ਜਿੱਤੇ ਤੇ ਉਹ ਹੁਣ ਜਿੱਤੇ ਰਾਮਾ ਸਾਹਿਬ ਬੈਠੇ ਸੀਗੇ ਨਹੀਂ ਫਿਰ ਫਾਈਨਲ ਨਹੀਂ ਸੀ ਕਰਾਇਆ ਸਾਡੀ ਪਾਰਟੀ ਜਿੱਤ ਗਈ ਰਾਉਂਡ ਪਿਛਾ ਕੇ ਘਰ ਆ ਗਏ ਸੀ ਅੱਛਾ ਰਾਉਂਡ ਤੇ ਹੋ ਗਿਆ ਕਿ ਬਸ ਠੀਕ ਹੈ ਤੁਸੀਂ ਸਾਡੀਆਂ 5 ਗੱਡੀਆਂ ਜਿੱਤ ਗਈਆਂ ਸੀ ਉਹ ਦੇਖ ਕੇ ਗੱਡੀ ਰਹਿ ਗਈ ਸੀ ਉਹਦਾ ਫਾਈਨਲ ਨਹੀਂ ਸੀ ਹੋਇਆ ਅੱਛਾ ਜੀ ਉਸ ਦੌਰ ਦੇ ਵਿੱਚ ਜਦੋਂ ਗਰੁੱਪ ਬਾਜ਼ੀ ਹੁੰਦੀ ਸੀ ਜੀ ਆਪੋਜ਼ਿਟ ਗਰੁੱਪ ਦੇ ਨਾਲ ਤੁਹਾਡਾ ਰਵਈਆ ਬਿਹੇਵ ਕਿਸ ਤਰ੍ਹਾਂ ਦਾ ਹੁੰਦਾ ਸੀ ਜਿੱਤ ਕੇ ਤੇ ਹਾਰ ਕੇ ਜੀ ਉਹ ਬਹੁਤ ਅੱਛਾ ਪਿਆਰ ਮੁਹੱਬਤ ਨਾਲ ਮਿਲਦੇ ਸੀ ਕੋਈ ਲੜਾਈ ਝਗੜਾ ਨਹੀਂ ਕੋਈ ਰੌਲਾ ਨਹੀਂ ਥੋੜਾ ਬਹੁਤਾ ਜਿਹੜੇ ਉੱਪਰਲੇ ਬੰਦੇ ਉਹ ਮਗੇ ਛਗੇ ਮਾਰ ਕੇ ਰੌਲਾ ਰੁਲਾ ਪਾ ਕੇ ਖਤਮ ਹੋ ਗਏ ਲੇਕਿਨ ਜਿਹਨਾਂ ਬੈਲਾਂ ਵਾਲੇ ਜਿਹੜੇ ਸੀ ਉਹਨਾਂ ਦਾ ਪਿਆਰ ਮੁਹੱਬਤ ਉਹ شادی ਖੁਸ਼ੀ ਗਮੀ ਮਰਨ ਜੀਣ ਤੇ ਕੁਝ ਉਹਦੇ ਜਾਣਦੇ ਆਂਦੇ ਬੇਹਤਰੀਨ ਤੱਲਕ ਸੀ ਹੁਣ ਵੀ ਹੈ ਉਸੇ ਤਰ੍ਹਾਂ ਦਾ ਸੀ ਜਾਣਦੇ ਆਂਦੇ ਦੁਬਾਰਾ ਉਹਨਾਂ ਦੇ ਕੋਲ ਕੋਈ ਨਫ਼ਰਤ ਨਹੀਂ ਕੋਈ ਕਿਸੇ ਕਿਸਮ ਦੀ ਉਹਨਾਂ ਦਾ ਮੁਖਾਲਫਤ ਨਹੀਂ ਅੱਛਾ ਜਦੋਂ 10 ਕਿਲੇ ਭਜਾਉਂਦੇ ਸੀ ਕਿ ਸਟਾਰਟ ਦੇ ਵਿੱਚ ਤੁਸੀਂ ਤੇ ਆ ਹੁਣ ਵੀ ਤੁਸੀਂ ਭਜਉਂਦੇ ਹੁਣ 5 ਕਿਲਿਆਂ ਦੀ 6 ਕਿਲਿਆਂ ਦੀ ਰਹਿ ਗਈ ਦੌੜ ਜੀ ਅੱਧਾ ਅੱਧਾ ਫਰਕ ਪੈ ਗਿਆ ਤਕਰੀਬਨ ਜੀ ਉਦੋਂ ਦਾ ਤੇ ਹੁਣ ਦਾ ਡਾਈਟ ਪਲਾਨ ਦੇ ਵਿੱਚ ਕੀ ਫਰਕ ਹੈ ਜੀ ਖਾਣ ਪੀਣ ਚ ਖਰਾਕ ਦੇ ਵਿੱਚ ਖਰਾਕ ਦੀ ਰੁਟੀਨ ਉਹੀ ਆ ਜੀ ਉਦੋਂ ਮੈਡੀਸਨ ਦਾ ਇਸਤੇਮਾਲ ਘੱਟ ਸੀ ਹੁਣ ਮੈਡੀਸਨ ਜ਼ਿਆਦਾ ਟੀਕੇ ਛਿਕੇ ਜ਼ਿਆਦਾ ਲਾਉਂਦੇ ਆ ਉਦੋਂ ਟੀਕੇ ਐਡੇ ਕੋਈ ਨਹੀਂ ਸੀ ਇਸਤੇਮਾਲ ਕਰਦੇ ਕੋਈ ਜ਼ਿਆਦਾ ਜ਼ਿਆਦਾ ਬਰੂਫਾਂ ਦੀਆਂ ਗੋਲੀਆਂ ਜਿਆਦਾ ਦਿੱਤੀਆਂ ਚਾਹ ਦੁੱਧ ਦੇ ਦਿੱਤਾ ਪਤੀਜ ਜ਼ਿਆਦਾ ਪਾ ਕੇ ਤੇ ਉਦੋਂ ਇੰਨੀ ਮੈਡੀਸਨ ਇਸਤੇਮਾਲ ਨਹੀਂ ਸੀ ਹੁੰਦੀ ਹੁਣ ਇਹ ਫਰਕ ਆਇਆ ਕਿ ਹੁਣ ਰੌਣ ਦੇ ਵਿੱਚ ਵੀ ਇਸਤਮਾਲ ਕਰਦੇ ਆ ਮੈਡੀਸਨ ਟਿਕਿਆਂ ਲਾਉਂਦੇ ਆ ਤੇ ਫਾਈਨਲ ਦੇ ਵਿੱਚ ਵੀ ਲਾਉਂਦੇ ਆ ਅੱਛਾ ਜੀ ਉਦੋਂ ਬੈਲ ਦਾ ਦੌੜ ਦੀ ਉਮਰ ਕਿੰਨੀ ਹੁੰਦੀ ਸੀ ਜਾਨੀ ਕਿੰਨਾ ਚਿਰ ਤੱਕ ਦੌੜਦਾ ਰਹਿੰਦਾ ਸੀ ਮਤਵਾਤਰ ਉਦੋਂ ਪਿਛਲੇ ਬੈਲ ਜਿਹੜੇ ਸੀ ਉਹ ਬਹੁਤ ਜ਼ਿਆਦਾ ਟਾਈਮ 4 ਸਾਲ 5 ਸਾਲ ਭੱਜ ਜਾਂਦੇ ਸੀ ਅੱਛਾ ਜੀ ਤੇ ਹੁਣ ਤਾਂ ਨਹੀਂ ਇੰਨਾ ਟਾਈਮ ਕੱਢਦੇ ਹੁਣ ਉਸ ਤਰ੍ਹਾਂ ਜੀ ਕਿੰਨਾ ਟਾਈਮ ਕੱਢਦੇ ਆ ਹੁਣ ਤੁਸੀਂ ਇਸ ਤਰ੍ਹਾਂ ਦੱਸਿਆ ਕਿ ਮੈਡੀਸਨ ਲੱਗਦੀ ਆ ਜੀ ਹਾਂ ਜੀ ਹੁਣ ਤਾਂ ਕੁਛ ਧੱਗੇ ਤਾਂ ਸਾਲ ਡੇਢ ਸਾਲ 2 ਸਾਲ ਤੇ ਖਤਮ ਹੋ ਜਾਂਦੀ ਹੈ ਕੋਈ ਛੱਗੇ ਉਹ ਵੀ ਹੈਗੇ ਜਿਹੜੇ 3 3 4 4 ਸਾਲ ਹੋ ਗਿਆ ਭੱਜਦਿਆਂ ਨੂੰ ਅੱਛਾ ਜੀ ਹਾਂ ਜੀ ਲੇਕਿਨ ਏ ਕਲਾਸ ਚ ਜਿਹੜਾ ਹੈਗਾ ਆ ਉਹ ਲਗਾਤਾਰ ਨਹੀਂ ਭੱਜਦੇ ਹੁਣ ਹਾਂ ਜੀ ਤੇ ਅਗੇ ਏ ਕਲਾਸ ਦੇ ਵਿੱਚ ਹੀ ਟੱਗੇ 5 5 ਸਾਲ ਭੱਜ ਜਾਂਦੇ ਸੀ ਅੱਛਾ ਜੀ ਹਾਂ ਜੀ ਰਾਣਾ ਸਾਹਿਬ ਕੋ ਇੱਕ ਜੋਗ ਸੀ ਉਹ 10 11 ਸਾਲ ਭੱਜੀ ਸੀ ਔਰ ਜਿੱਤੇ ਦੇ ਰਹੇ 10 11 ਸਾਲ ਹੀ ਜਿੱਤੇ ਰਹੇ ਤੇ ਨਾਰਾ ਸਾਹਿਬ ਚੱਪਾ ਤਾਂ ਨਾਰਾ ਵੱਡੇ ਟੱਗੇ ਸੀ ਤੇ ਸਾਨੂੰ ਉਹਨਾਂ ਦੇ ਬੜਾ ਮਾਨ ਹੁੰਦਾ ਸੀ ਬੜਾ ਫਖਰ ਸੀ ਤੇ ਹੁਣ ਉਹ ਢੱਗੇ ਉਹਨਾ ਟਾਈਮ ਨਹੀਂ ਕੱਢਦੇ ਹੁਣ ਕੋਈ ਕੋਈ ਢੱਗਾ ਹੈ ਜਿਹੜਾ ਕੋ ਲੰਬਾਈ ਕੱਢਦਾ ਨਹੀਂ ਤਾਂ ਮੈਡੀਸਨ ਆ ਰਾੜ ਦੇ ਇਸਤੇਮਾਲ ਨਾਲ ਢੱਗਿਆਂ ਨਾ ਜ਼ਿਆਤੀ ਹੁੰਦੀ ਹੈ ਥੋੜਾ ਟਾਈਮ ਕੱਢਦੇ ਇਹ ਰਾੜ ਕਿਦੋਂ ਦਾ ਆਇਆ ਜੀ ਇਸ ਸ਼ੌਕ ਦੇ ਵਿੱਚ ਜੀ ਇਹ ਤਕਰੀਬਨ ਮੇਰਾ ਖਿਆਲ ਹੈ ਇਹ ਰਾੜ ਨੂੰ ਵੀ ਇਹਨੂੰ 20 ਸਾਲ ਤਾਂ ਹੋ ਚੱਲੇ ਅੱਛਾ ਜੀ ਹਾਂ ਜੀ ਵੈਸੇ 95 96 ਇਹ ਰਾੜ ਮੈਂ ਰੱਖਦਾ ਇੱਕ ਸਾਡੀ ਰਾਤਰੀ ਦਾ اشرف ਸੀ ਜੀ ਫੌਟ ਹੋ ਗਿਆ 85 ਚ 85 ਪਿੰਡ ਚ ਜੀ ਹਾਂ ਜੀ ਅਰਜਾਨੇ ਦੇ ਅਸਦੀਕ ਅੱਛਾ ਜੀ ਉਹਦੇ ਬੱਚੇ ਸੀ ਇਟਲੀ ਚ ਕੰਮ ਕਰਦੇ ਹਾਂ ਜੀ ਉਹ ਇਟਲੀ ਚੋਂ ਲੈ ਕੇ ਆਏ ਇੱਕ ਰਾਡ ਇਹ ਰਾਡ ਰਾਡ ਲਿਆ ਕੇ ਉਹਨਾਂ ਨੇ ਰਾਣਾ ਸਾਹਿਬ ਨੂੰ ਦਿੱਤਾ ਹੈ ਗਿਫਟ ਦਿੱਤਾ ਜੀ ਗਿਫਟ ਦਿੱਤਾ ਸੀ ਅੱਛਾ ਜੀ ਇਹ ਰਾਣਾ ਸਾਹਿਬ ਕੋ ਫੈਲਾ ਸਾਰੇ ਉਹ ਯੂ ਟਾਕੀਂ ਨਾ ਹਜ਼ਰਤ ਨਾਲੋਂ ਸਭ ਤੋਂ ਪਹਿਲੇ ਰਾਣਾ ਸਾਹਿਬ ਕੋ ਇਹ ਰਾਡ ਆਇਆ ਇਹ ਰਾਡ ਇਹਨਾਂ ਨੇ ਪਹਿਲੇ ਇਸਤੇਮਾਲ ਕੀਤਾ ਅ ਰੇਟ ਚੱਕਾ ਜੀ ਉੱਥੇ ਦੌਰ ਸੀ ਅੱਛਾ ਜੀ ਵਿਆੜੀ ਦਾ ਬੋਲ ਸੀ ਇਹਨਾਂ ਕੋ ਆਇਆ ਇੱਕ ਆ ਜਾਂਦੇ ਸੀ ਉਹ ਬੋਲ ਲੈ ਆਂਦਾ ਸੀ ਨਹੀਂ ਇੱਕ ਇਹਨਾਂ ਕੋ ਆਪਣਾ ਵੀ ਸੀ ਇਹ ਦੋਏ ਬੋਲਦ ਜੋੜ ਕੇ ਤਾਂ ਭਜਾਏ ਤਾਂ ਉਸ ਲਈ ਇਹਨਾਂ ਨੇ ਰਾਡ ਸ਼ੋ ਹੋਇਆ ਤੇ ਰਾਡ ਆਇਆ ਫਿਰ ਸਾਰੇ ਹਜ਼ਰਤ ਜਿੰਨੇ ਵੀ ਆ ਹੌਕੀਨ ਹੈਗੇ ਆ ਉਹ ਅਸ਼ਰਫ ਕੋ ਫਿਰ ਜਾਂਦੇ ਰਹੇ ਫਿਰ ਅਗਵਾਉਂਦੇ ਰਹੇ ਹੁਣ ਤਾਂ ਇਹ ਸਾਰਿਆਂ ਦੇ ਕੋਲ ਹੀ ਆ ਹੁਣ ਇੱਥੇ ਬਣਨ ਲੱਪੇ ਜੀ ਆਣੀ ਇੱਥੇ ਹੀ ਬਣ ਲੱਪੇ ਹੋਣ ਅੱਛਾ ਇਹ ਇਟਲੀ ਚੋਂ ਇਪੋਰਟ ਹੋਇਆ ਜੀ ਪਹਿਲੀ ਵਾਰੀ ਇਟਲੀ ਚੋਂ ਹੋਇਆ ਜੀ ਹੋਇਆ ਵੀ ਰਾਣਾ ਸਾਹਿਬ ਨੇ 85 ਵਾਲੇ ਤੁਹਾਡੇ ਰਿਸ਼ਤੇਦਾਰ ਨੇ ਦਿੱਤਾ ਗਿਫਟ ਜੀ ਨੂੰ ਰਾਤਰੀ ਦੋ ਰਾੜ ਆਇਆ ਜੀ ਫੀਲਡ ਦੇ ਵਿੱਚ ਜੀ ਲੋਕਾਂ ਨੇ ਰਾੜ ਦੇਖ ਕੇ ਕੀ ਮਹਿਸੂਸ ਕੀਤਾ ਜੀ ਕਿੰਨਾ ਕਿ ਉਹਨੂੰ ਲਾਈਕ ਕੀਤਾ ਜੀ ਡਿਸਲਾਈਕ ਕੀਤਾ ਜੀ ਇਹਨੂੰ ਬਹੁਤ ਪਸੰਦ ਕੀਤਾ ਜੀ ਸਾਰੇ ਅਸਵਾਰ ਇਹਨੂੰ ਚਾਹਦੇ ਸੀ ਕਿ ਮੇਰੇ ਕੋਲ ਹੋਣਾ ਚਾਹੀਦਾ ਅੱਛਾ ਜੀ ਇਹ ਟੀ ਨਜਾਬ ਚੀਜ਼ ਸੀ ਉਦੋਂ ਜੀ ਹਾਂ ਜੀ ਨਜਾਬ ਚੀਜ਼ ਸੀ ਉਦੋਂ ਨਹੀਂ ਸੀ ਲੱਭਦਾ ਅਮ ਅੱਛਾ ਜੀ ਤੇ ਟੱਗੇ ਵੀ ਇਹ ਤੋਂ ਬਹੁਤ ਡਰਦੇ ਸੀ ਹਾਂ ਜੀ ਬਹੁਤ ਡਰਦੇ ਆ ਹੁਣ ਵੀ ਆ ਸਾਡੇ ਕੋਲ ਆ ਟੱਗੇ ਬੈਠੇ ਇੱਥੋਂ ਬਜਾਦੀ ਇਹਨਾਂ ਨੇ ਬੈਠਿਆ ਨੇ ਉੱਠ ਕੇ ਖੜੇ ਹੋ ਜਣਾ ਅੱਛਾ ਇਹ ਤੋਂ ਡਰਦੇ ਆ ਬਹੁਤ ਜ਼ਿਆਦਾ ਹਾਂ ਤੇ ਅਸੀਂ ਮੈਂ ਵੈਸੇ ਭਜਾਉਂਦਾ ਰਿਆਂ ਟੱਗਾ ਜਿਹੜਾ ਲੱਖਾਂ ਡੁਗਰਾਂ ਵਾਲਾ ਇਹ ਟੱਗਾ ਜਦੋਂ ਸ਼ੁਰੂ-ਸ਼ੁਰੂ ਜੀ ਭਜਾਇਆ ਮੈਂ ਇਹਨੂੰ 2 1.5 ਸਾਲ ਭਜਾਇਆ ਮੈਂ ਇਹਦੇ ਰਾੜ ਨਹੀਂ ਲਾਇਆ ਨੇ ਬਾਬੇ ਸਰਦਾਰ ਮੁਹੰਮਦ ਅਲਾ ਜੀ ਹਾਂਜੀ ਹਾਂਜੀ ਇਹ ਸ਼ੁਰੂ ਤੋਂ ਮੈਂ ਹੀ ਹਾਲੀ ਕੀਤਾ ਮੈਂ ਹੀ ਭਜਾਇਆ ਤੁਸੀਂ ਸ਼ੁਰੂ ਸਟਾਰਟ ਕੀਤਾ ਜੀ ਕਿਹੜੇ ਬੈਲ ਨਾ ਭਜਾਇਏ ਜੀ ਇਹ ਇਹ ਜੀ ਹੀਰਾ ਬੈਲ ਸੀ ਸੀਮਾ ਰਾਣਾ ਨਸੀਮ ਅਦਲ 20 ਚੱਕ ਦਾ ਹਾਂਜੀ ਉਹਦੇ ਬੈਲ ਨਾ ਤੇ ਉਸ ਤੋਂ ਬਾਅਦ ਇੱਕ ਹੈਗੇ ਜੀ ਆਪਣਾ ਜੱਟ ਆ ਉਹ 33 ਦੇ ਅੱਛਾ ਉਦੋਂ ਇਹ ਡੋਗਰਾ ਕੋਲ ਸੀ ਜਾਂ ਇੱਥੇ ਸੀ ਜਦੋਂ ਤੁਸੀਂ ਪਜਾਇਆ ਸੀ ਬਾਰਾਂ ਚੱਕ ਐਸੀ ਚੀਚਾ ਪਤਨੀ ਕੋ ਚੀਚਾ ਪਤਨੀ ਹਾਂ ਜੀ ਇਹਨਾਂ ਨੇ ਲਿਆ ਸੀ ਬਲਕਿ ਖਰੀਦਣ ਚ ਵੀ ਮੈਨਾਂ ਦੇ ਨਾਲ ਹੀ ਸੀ ਅੱਛਾ ਜੀ ਤੇ ਫਿਰ ਪਜਾਇਆ ਵੀ ਮੈਂ ਹੀ ਆ ਉਹਨੂੰ ਇੱਥੇ ਜਦੋਂ ਇਹ ਖਰੀਦਿਆ ਸੀ ਜੀ ਲੱਖਾ ਡੋਗਰਾ ਵਾਲਾ ਜੀ ਤੁਸੀਂ ਬਾਰਾਂ ਚੱਕ ਦੇ ਵਿੱਚ ਇਹ ਉਦੋਂ ਮੂੰਹ ਕਿਦਾਂ ਸੀ ਜੀ ਤੇ ਕਿੱਥੋਂ ਖਰੀਦ ਕੇ ਲਿਆਂਦਾ ਸੀ ਖੀਰਾ ਬੱਚਾ ਸੀ ਜੀ ਰਾਉ ਪੁੱਟੋ ਆ ਚੌੜ ਚ ਉਹਦੇ ਭਾਈ ਦੀ ਗਾਂਈ ਦਾ ਸੀ ਅੱਛਾ ਜੀ ਨਾਰਮਲ ਰੇਟ ਲਿਆ ਸੀ ਕਿ ਮਹਿੰਗੇ ਰੇਟ ਚ ਲਿਆ ਸੀ ਨਾਰਮਲ ਲਿਆ ਸੀ ਜੀ ਜਿਸ ਤਰ੍ਹਾਂ ਆਮ ਬੱਚੇ ਲੈਂਦੇ ਹਾਂ ਜੀ ਆਮ ਬੱਚੇ ਲੈਂਦੇ ਅੱਛਾ ਜੀ ਲੇਕਿਨ ਆਮ ਬੱਚਿਆਂ ਤੋਂ ਮਹਿੰਗਾ ਸੀ ਉਹ ਵੀ ਲੱਖ ਸਵਾ ਦਾ ਸੀ ਅੱਛਾ ਜੀ ਖੀਰਾ ਬੱਚਾ ਲਿਆ ਸੀ ਗਾਂ ਦੇ ਪਿੱਛੇ ਸੀ ਉਸ ਤੋਂ ਬਾਅਦ ਇਹਨੂੰ ਸੰਭਾਲਿਆ ਤਿਆਰ ਕੀਤਾ ਫਿਰ ਹਾਲੀ ਕੀਤਾ ਦੜਾਇਆ ਦੜਾਇਆ ਫਿਰ ਇਹਨੇ ਆਪਣਾ ਜ਼ਿਲ੍ਹਾ ਜਿੱਦਾਂ ਰਿਹਾ ਚਿਚਾ ਬਤਨੀ ਏਰੀਆ ਚ ਪਹਿਲੇ ਦੜਾਇਆ ਉੱਥੇ ਜਿੱਦੇ ਰਹੇ ਆ ਫਿਰ ਇੱਥੇ ਲਿਆਂਦਾ ਇੱਥੇ ਸਾਡੇ ਪੀਲਾ ਸੀ ਫੌਜੀ ਕਾਲੇ ਕੋ ਅੱਛਾ ਜੀ ਸਾਡੇ ਪਿੰਡ ਦਾ ਹੀ ਸਾਡਾ ਕਦਰ ਨਹੀਂ ਆ ਉਹਦੇ ਕੋਲ ਉਹਦਾਂ ਨੂੰ ਮੈਂ ਜੋੜ ਕੇ ਤਾਂ ਫਿਰ ਇੱਥੇ ਸਾਰੇ ਹੀ ਜਿੱਤੇ ਉਹਨਾਂ ਨੇ ਦੋ ਦੌੜਾਂ ਉਸ ਤੋਂ ਬਾਅਦ ਫਿਰ ਲੱਖਾਂ ਵਿੱਚ ਗਿਆ ਸਰਦਾਰ ਖਾਲਸਰਦਾਰ ਹੁਣੀ ਲੈ ਗਏ ਤੇ ਉਹ ਖਾਲਸਰਦਾਰ ਉਹਨਾਂ ਦੇ ਪਸੰਦ ਆਈ ਉਹਨਾਂ ਨਾਲ ਤਲਕ ਹੋਏਗਾ ਕਿ ਕਿਸ ਤਰ੍ਹਾਂ ਵਕਿਆ ਜੀ ਜਾਂ ਕਿ ਵੇਚਣਾ ਚਾਹਦੇ ਸੀਗੇ ਉਹ ਵੇਚਣਾ ਹੀ ਚਾਹਦੇ ਸੀ ਜੀ ਉਹ ਵੇਚਣਾ ਕਿਉਂ ਚਾਹੁੰਦਾ ਸੀ ਏਡਾ ਤੇ ਚੰਗਾ ਬੈਲ ਸੀ ਜੀ ਪੈਸੇ ਵੀ ਚੰਗੇ ਲੱਗੇ ਨਾ 11-12 ਲੱਖ ਦਾ ਵੇਚ ਗਿਆ ਪੈਸਿਆਂ ਦੇ ਮੂੰਹ ਲਾ ਕੇ ਵੇਚਤਾ ਅੱਛਾ ਜੀ ਤੇ ਜਦੋਂ ਉਹਨਾਂ ਕੋ ਡੋਗਰਾ ਕੋ ਚਲਾ ਗਿਆ ਜੀ ਫਿਰ ਤੁਹਾਨੂੰ ਪਹੁੰਚਾਉਣ ਦਾ ਇਤفاق ਹੋਇਆ ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਪੁਰਾਣਾ ਇਸਵਾਰ ਕੋਲ ਭਜਦਾ ਜਾਂ ਨਹੀਂ ਜੀ ਨਹੀਂ ਜੀ ਮੈਂ ਉਹਨਾਂ ਕੋ ਗਿਆ ਨਹੀਂ ਭਈਆ अच्छा जी नहीं वो कुछ ਲੋਗਾਂ ਨੇ ਹੁਣ ਆਦਾ ਤਾਂ ਉਹ ਗੱਲ ਕਰਨੀ ਚੰਗੀ ਨਹੀਂ ਲੱਗਦੀ ਕਿ ਕੋਈ ਜਾ ਕੇ ਵੈਲਾਂ ਵਾਲਿਆਂ ਦੇ ਕੋਲ ਬਹਿਣਾ ਤੇ ਉਹਨਾਂ ਦੀ ਤਾਬਿਆਦਾਰੀ ਕਰਨੀ ਮੇਰੀ ਉਹ ਆਦਤ ਨਹੀਂ ਅਸੀਂ ਭਜਾਇਆ ਤੇ ਅਣਖ ਨਾਲ ਭਜਾਇਆ ਜਿਹੜਾ ਭਜਾਇਆ ਆਪਣਾ ਕਰਕੇ ਭਜਾਇਆ ਤੇ ਇਸ ਵਾਸਤੇ ਮੈਂ ਤਾਂ ਨਹੀਂ ਚਾਹੁੰਦਾ ਸੀ ਉਹ ਮੇਰੇ ਕੋ ਆਏ ਨਹੀਂ ਮੈਂ ਗਿਆ ਨਹੀਂ اچھا ਜੀ ਮੈਂ ਭਜਾਇਆ ਨਹੀਂ ਅੱਛੇ ਲਖਾ ਢੋਗਰਾਂ ਵਾਲੇ ਕਿ ਚੈਂਪੀਅਨ ਬੈਲ ਰਿਹਾ ਜੀ ਆਪਣਾ ਦੌਰ ਦਾ ਤੁਸੀਂ ਉਹ ਵੀ ਭਜਾਇਆ ਇਸ ਤੋਂ ਇਲਾਵਾ ਜੇ ਚੈਂਪੀਅਨ ਬੈਲ ਕਿਹੜਾ ਤੁਹਾਨੂੰ ਪਹੁੰਚਾਉਂਦਾ ਇਤਫਾਕ ਹੋਇਆ ਜੀ ਪੀਲਾ ਬੈਲ ਫੌਜੀ ਵਾਲਾ ਵੀ ਭਜਾਇਆ ਜੀ ਫਿਰ ਚੀਨਾ ਸਾਡਾ ਬੈਲ ਸੀ ਉਹਨਾਂ ਜਿੱਤੇ ਸਾਰੇ ਫਿਰ ਨਸੀਰ ਵਾਲਾ ਲਖਾ ਉਹ ਚੀਚਾ ਵਤਨੀ ਦਾ ਸੀ 11 ਚੱਕ ਦਾ ਉਹ ਵੀ ਸ਼ੁਰੂ ਤੋਂ ਮੈਂ ਹੀ ਭਜਾਇਆ ਜੀ ਉਹ ਵੀ ਜਦੋਂ ਫਿਰ ਤਾਰਕ ਸੀ ਜੀ ਇੱਕ ਤਾਰਕ ਗੁਜਰ ਦਾ 11 ਦਾ ਹੀ ਸੀ ਉਹ ਵੀ ਉਹਨੇ ਵੀ ਜਿੱਤੇ ਢਗੇ ਉਹ ਵੀ ਮੈਂ ਭਜਾਇਆ ਸ਼ੁਰੂ ਸ਼ੁਰੂ ਹੀ ਮੈਂ ਕੀਤਾ ਸੀ ਤੇ ਇਸ ਤਰ੍ਹਾਂ ਇੱਕ ਕਾਲੇ ਕੰਨਾਂ ਵਾਲਾ ਢੱਗਾ ਸੀ ਉੱਥੇ ਕੋ ਨੂੰ ਕਹਿੰਦੇ ਆ ਵੇਖ ਕੇ ਗਿਆ ਸੀ ਆਪਣਾ ਠੱਤੀ ਚੋਂ ਉਹ ਵੀ ਮੈਂ ਭਜਾਇਆ ਫਿਰ ਰਾਣੇ ਜ਼ਾਹਰ ਕੋ ਸੀ ਜੀ ਲੱਖਾ ਢੱਗਾ ਉਹ ਵੀ ਬਾਅਦ ਜਿੱਦਾਂ ਰਿਆ ਫਿਰ ਸਾਰੇ ਸਟਾਰਟ ਮੈਂ ਹੀ ਕੀਤਾ ਸੀ ਉਹ ਵੀ ਕਾਫੀ ਢੱਗੇ ਇਸ ਤਰ੍ਹਾਂ ਹੈਗੇ ਤੇ ਤੁਹਾਡੇ ਕੋਲ ਜਿਹੜਾ ਚੀਨਾ ਬੈਲ ਸੀ ਇਹ ਜ਼ਿਆਦਾ ਨੰਬਰ ਹੋਇਆ ਜੀ ਹਾਂਜੀ ਚੀਨਾ ਜ਼ਿਆਦਾ ਹੋਇਆ ਅੱਛਾ ਕਿੰਨਾ ਕੁ ਟਾਈਮ ਤੁਹਾਡੇ ਕੋ ਦੌੜਿਆ ਜੀ ਇਹ ਤੋ 4-5 ਸਾਲ ਰਿਆ ਜੀ ਸਾਡੇ ਕੋ ਕੀ ਕੰਡੀਸ਼ਨ ਰਹੀ ਜੀ ਉਹ ਅਕਸਰ ਬ ਮੁਕਾਬਲਾ ਕਰਦਾ ਜਿੱਤ ਹਾਰ ਹੁੰਦੀ ਜਾਂਦੀ ਸੀ ਉਦੋਂ ਮੁਕਾਬਲੇ ਦੀਆਂ ਜੋਗਾਂ ਉਹਦੇ ਹੋਰ ਵੀ ਹੈਗੀਆਂ ਸੀ ਕਦੀ ਜਿੱਤ ਗਿਆ ਕਦੀ ਹਾਰ ਗਿਆ ਫਿਰ ਉਹ 4 ਸਾਲ ਤੋਂ ਬਾਅਦ ਲੂਜ਼ ਹੋ ਗਿਆ ਜਾਂ ਸੇਲ ਕੀਤਾ ਕੀ ਬਣਿਆ ਜੀ ਉਹ ਫਿਰ ਸਾਨੂੰ ਡਾਈ ਤੇ ਕੁਝ ਤੰਗ ਕਰਨ ਲੱਪਿਆ ਲੱਗਣੋਂ ਹਟ ਗਿਆ ਸੀ ਲੂਜ਼ ਹੋ ਗਈ ਉਹਦੀ ਅਫੀਸ਼ੀਅਲ ਹਾਂਜੀ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਵੇਚ ਦਿੱਤਾ ਫਿਰ ਉਸ ਤੋਂ ਬਾਅਦ ਕੋਈ ਤੁਸੀਂ ਮੋਬਾਈਲ ਲਿਆ ਜਿਹੜਾ ਨੰਬਰ ਹੋਇਆ ਹੋਇਆ ਜੀ ਹਾਂਜੀ ਉਹ ਸਾਵਾ ਵੈਲ ਸੀ ਇੱਕ ਚੰਗਾ ਭਜਿਆ ਜੀ ਉਹਦਾ ਹੋਰ ਨਾ ਤਾਂ ਕੋਈ ਨਹੀਂ ਸਾਵਾ ਹੀ ਸੀ ਸਾਵਾ ਹੀ ਕਹਿੰਦੇ ਸੀ ਉਹਨੂੰ ਅੱਛਾ ਜੀ ਕਿੰਨਾ ਕੁ ਟਾਈਮ ਭਜਿਆ ਜੀ ਤੁਹਾਡੇ ਕੋਲ ਜੀ ਉਹ ਵੀ 3-4 ਸਾਲ ਰਿਹਾ ਜੀ ਤੇ ਉਹਦੀ ਵੀ ਕੰਡੀਸ਼ਨ ਚੀਨੀ ਵਾਲੀ ਰਹੀ ਜਾਂ ਡਾਊਨ ਰਹਾ ਜੀ ਚੀਨੇ ਤੋਂ ਘੱਟ ਸੀ ਜੀ ਉਹ ਲੇਕਿਨ ਚੰਗਾ ਭਜਦਾ ਰਿਹਾ ਤੇ ਫਿਰ ਉਹ ਬਾਅਦ ਚ ਉਹ ਆਊਟ ਕਿਉਂ ਹੋਇਆ ਜੀ ਉਹ ਫਿਰ ਜੀ ਸਟਾਰਟ ਲਾਈਨ ਤੇ ਬੈਠਣ ਲੱਪਿਆ ਸੀ ਅੱਛਾ ਜਿਹੜਾ ਚੀਨਾ ਸੀ ਉਹ ਡਾਈ ਤੇ ਤੰਗ ਕਰਦਾ ਸੀ ਜਿਹੜਾ ਸਾਵਾ ਸੀਗਾ ਉਹ ਸਟਾਰਟ ਲਾਈਨ ਤੇ ਬਹਿਣ ਲੱਪਿਆ ਉਹ ਸਟਾਰਟ ਲਾਈਨ ਤੇ ਬਹਿਣ ਲੱਪਿਆ ਜੀ ਫਿਰ ਤੁਸੀਂ ਇਹਦੇ ਕੋਲੋਂ ਵੀ ਆਪਣਾ ਇਹਨੂੰ ਵੀ ਸਾਈਡ ਤੇ ਕਰਤਾ ਹਾਂ ਜੀ ਸਾਈਡ ਤੇ ਤੇ ਇਸ ਤੋਂ ਬਾਅਦ ਜੀ ਉਸ ਤੋਂ ਬਾਅਦ ਫਿਰ ਬੱਚੇ ਲੈਂਦੇ ਰਹਿਣ ਜੀ ਕੋਈ ਐਡਾ ਨਹੀਂ ਫਿਰ ਮਿਆਰ ਤੇ ਗਿਆ ਆਪਣਾ ਅੱਛਾ ਜੀ ਉਸ ਤੋਂ ਬਾਅਦ ਆ ਬੱਚਾ ਆਇਆ ਇਹ ਮਿਆਰੀ ਬਣਿਆ ਅੱਛਾ ਜੀ ਹਾਂ ਜੀ ਇਹਦਾ ਨਾਮ ਕੀ ਰੱਖਿਆ ਜੀ ਤੁਸੀਂ ਦਾ ਅਸੀਂ ਸਾਵਾ ਬੈਲ ਹੀ ਰੱਖਿਆ ਜੀ ਅਸੀਂ ਨਾਮ ਹੋਰ ਨਹੀਂ ਰੱਖੀ ਦਾ ਸਾਵਾ ਰੰਗ ਜਿਹੜਾ ਹੋਇਆ ਜਾਂ ਸਿੰਘਾਂ ਤੇ ਉਹ ਨਾਮ ਲੈਣਾ ਉਹਦਾ ਅੱਛਾ ਜੀ ਅਸੀਂ ਉਹ ਪਟੋਲਾ ਫਲਾਣਾ ਹਾਂ ਇਕਲੇ ਅਸੀਂ ਉਹਦਾ ਨਾਮ ਹੈ ਸੀ ਜੀ ਨਿੱਕੇ ਮੱਛੇ ਵਾਲਾ ਉਹ ਪਹਿਲੇ ਨਿੱਕੇ ਮੱਛੇ ਚੋਂ ਆਇਆ ਸੀ ਫਿਰ ਅਸੀਂ ਲਿਆ ਤੇ ਉਹਦਾ ਨਾਮ ਲਾੜਲਾ ਰੱਖਿਆ ਸੀ ਅੱਛਾ ਜੀ ਉਹ ਹੁਣ ਕਿੱਥੇ ਹੈ ਜੀ ਉਹ ਜ਼ਿਵਾ ਕਰਤਾ ਸੀ ਰਾਣਾ ਸਾਹਿਬ ਨੇ ਤਾਂ ਮੈਂ ਉਹ ਸੰਝਾ ਲਿਆ ਸੀ ਜੀ ਅੱਛਾ ਜੀ ਅਸੀਂ ਉਹ ਸੰਝਾ ਲਿਆ ਸੀ ਫਿਰ ਰਾਣਾ ਸਾਹਿਬ ਨੇ ਉਹ ਭਜਣੋਂ ਘਟ ਹੋ ਗਏ ਅਸੀਂ ਕੁਰਬਾਨੀ ਕਰ ਦਿੱਤਾ ਸੀ ਅੱਛਾ ਜੀ ਤੇ ਇਹ ਜਿਹੜਾ ਸਾਵਾ ਬੈਲ ਹੈ ਜੀ ਮੂੰਹ ਦੋਂਦਾ ਹਾਂਜੀ ਇਹ ਦੋਂਦਾ ਜੀ ਤੇ ਇਹ ਤੁਹਾਡਾ ਘਰ ਦਾ ਕਿ ਮੁੱਲ ਲਿਆ ਜੀ ਇਹ ਇਹ ਘਰ ਦਾ ਹੀ ਸਾਡੇ ਦੋਸਤ ਹੀ ਇੱਕ ਅਜ਼ੀਜ਼ ਆ ਉਹਨਾਂ ਦੇ ਘਰ ਦਾ ਸੀ ਬੱਚਾ ਹੀ ਅਸੀਂ ਉਹਨੂੰ ਤੋਂ ਲਿਆਇਆ ਸੀ ਅੱਛਾ ਫੇਰ ਨਾਰਮਲੀ ਲਿਆ ਹੋਣਾ ਜੀ ਨਾਰਮਲ ਰੇਟ ਤੇ ਹਾਂਜੀ ਨਾਰਮਲੀ ਜੀ ਅੱਛਾ ਜੀ ਤੇ ਇਹਨੂੰ ਫੇਰ ਤਿਆਰੀ ਤੁਰੇ ਤੁਸੀਂ ਸਟਾਰਟ ਕਰਵਾਈ ਜੀ ਹਾਂਜੀ ਅਸੀਂ ਆਪ ਤਿਆਰੀ ਇਹਦੀ ਕਰੀ ਫਾਲੀ ਪਰਫੈਕਟ ਭਜਦਾ ਜੀ ਇਹ ਦੋਨੇ ਪਾਸੇ ਭਜਦਾ ਜੀ ਤੁਸੀਂ ਜ਼ਿਆਦਾ ਅਸੀਂ ਹੁਣ ਉੱਤੇ ਜੋੜਨੇ ਪਹਿਲੇ ਥੱਲੇ ਜੋੜੇ ਅਸੀਂ ਪਹਿਲੀਆਂ ਤੋੜਾਂ ਅੱਛਾ ਜੀ ਹੁਣ ਇਹਨੂੰ ਉੱਪਰਲੇ ਪਾਸੇ ਜੋੜੋ ਅੱਛਾ ਉੱਤੇ ਜਾਂ ਥੱਲੇ ਦੋਨਾਂ ਚੋਂ ਕਿੱਥੇ ਜ਼ਿਆਦਾ ਭਜਦਾ ਜ अच्छा जी हां जी ते ਆਉਣ ਵਾਲੇ ਟਾਈਮ ਦੇ ਵਿੱਚ ਜੀ ਫਿਰ ਤੁਹਾਡੇ ਕੀ ਨਜ਼ਰੀਆਤਾ ਜੀ ਇਹਦਾ ਇਹ ਇਨਸ਼ਾਅੱਲਾ ਜੀ ਪਹਿਲੇ ਨੰਬਰ ਦਾ ਅੱਲਾ ਦੇ ਹੁਕਮ ਨਾਲ ਹਾਂ ਜੀ اچھا ਇਨਸ਼ਾਅੱਲਾ ਸਾਰਿਆਂ ਨੂੰ ਜਿੱਤੂਗਾ ਇਨਸ਼ਾਅੱਲਾ ਜਿਵੇਂ ਜਿਵੇਂ ਦੌੜ ਆਈ ਗਈ ਹੈ ਵਧਦਾ ਹੀ ਜਾਂਦਾ ਅੱਛਾ ਜੀ ਇਸ ਟਾਈਮ ਆਪਾਂ ਜੇ ਗੱਲ ਕਰੀਏ ਜੀ ਕਿਉਂਕਿ ਜਿਹੜੇ ਤੁਹਾਡੀ ਅੱਖਾਂ ਨਾਲ ਤੁਸੀਂ ਇੱਕ ਸ਼ਿਕਾਰੀ ਵੀ ਆ ਤੇ ਸਵਾਰ ਵੀ ਆ ਬਾਜ਼ ਲੋਕ ਕੋਈ ਸ਼ਿਕਾਰੀ ਹੁੰਦਾ ਸਵਾਰੀ ਨਹੀਂ ਕਰਦਾ ਲੇਕਿਨ ਇਹ ਦੋਵੇਂ ਕੰਮ ਤੁਸੀਂ ਕੀਤੇ ਆ ਜੀ ਹਾਂ ਜੀ ਲੇਕਿਨ ਇਸ ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਖਾ ਤੁਹਾਡਾ ਗਰੁੱਪ ਆ ਜਾਂ ਨਹੀਂ ਗਰੁੱਪ ਹਾਂਜੀ ਇਸ ਟਾਈਮ ਕਿਹੜਾ ਬੈਲ ਹੈ ਜੀ ਨਾਮ ਵਰਜੀ ਪਾਕਿਸਤਾਨ ਦਾ ਜੀ ਜਿਹਨੂੰ ਚੈਂਪੀਅਨ ਕਹਿ ਸਕਦੇ ਆ ਜੀ ਅਸੀਂ ਉਹ ਫਖਰੇ ਟੋਬਾ ਜੀ ਉਹਨੂੰ ਕਹਿ ਸਕਦੇ ਆ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਸ਼ਹਿਜ਼ਾਦਾ ਕਲਿਆਨਪੁਰੀਆਂ ਕੋ ਜੀ ਉਹ ਠੀਕ ਫਿਰ ਉਸ ਤੋਂ ਹਟ ਕੇ ਉਹ ਇੱਕ ਮਿਆਰ ਦੇ ਕਈ ਟਗੇ ਹੈਗੇ ਹੋਰ ਅੱਛਾ ਜੀ ਪਰ ਹਾਜ਼ਰ ਘੜੀ ਮੈਂ ਤਾਂ ਜਿਹਨੂੰ ਕਹਿੰਨਾ ਜੋ ਫਖਰੇ ਟੋਬਾ ਹੈ ਏ ਕਲਾਸ ਆ ਜਿਹੜਾ ਸਭ ਤੋਂ ਫਾਸਟ ਅੱਛਾ ਜੀ ਹਾਂਜੀ ਤੇ ਪ੍ਰਣਾ ਸਾਹਿਬ ਦੀ ਤਕਨੀਕ ਦਾ ਤੁਸੀਂ ਦੱਸਿਆ ਕਿ ਉਹਨਾਂ ਦੀ ਤਕਨੀਕ ਬਹੁਤ ਅੱਛੀ ਸੀਗੀ ਤੇ ਹੁਣ ਇਸ ਟਾਈਮ ਮੌਜੂਦਾ ਦੌਰਛ ਜੀ ਕਿਹੜੇ ਸਵਾਰ ਦੀ ਤਕਨੀਕ ਤੋਂ ਤੁਸੀਂ ਮਤਮਨ ਆ ਜੀ ਕਿਉਂਕਿ ਤੁਸੀਂ ਖੁਦ ਸਵਾਰ ਆ ਜਿਹੜੀ ਤੁਹਾਡੀ ਅੱਖਾਂ ਜੀ ਉਹ ਤੁਹਾਡੀ ਹੈ ਹੁਣ ਜੀ ਆ ਦੋ ਤਿੰਨ ਬੰਦੇ ਜਿਹੜੇ ਪ੍ਰਾਣੇ ਆ ਨਾ ਉਹਨਾਂ ਨੂੰ ਮੈਂ ਦੂਸਰਿਆਂ ਨਾਲੋਂ ਬਿਹਤਰ ਸਮਝਦਾ ਇੱਕ ਅਬਦਲ ਸਤਾਰ ਗੰਜੂ ਵਾਲੇ ਜੀ ਹਾਂਜੀ ਇੱਕ ਸ਼ਬੀਰ ਸਹ ਹੈ ਨਾ ਇੱਕ ਬੱਗਾ ਆ ਮੁੰਡਾ ਜੀ ਸਾਡੇ ਪਿੰਡ ਦਾ ਹਾਂਜੀ ਇਹ ਠੀਕ ਆ ਦੂਸਰਿਆਂ ਦੀ ਨਿਸ਼ਬਤ ਅੱਛਾ ਜੀ ਹਾਂਜੀ ਭੈ ਬਾਕੀ ਸਾਰੇ ਹੀ ਚੰਗੇ ਭਜਾਉਂਦੇ ਆ ਜਿਹੜੇ ਲੇਕਿਨ ਇਹ ਆ ਕਿ ਉਹਨਾਂ ਨਾਲੋਂ ਇਹ ਤਿੰਨ ਮੈਂ ਇਹਨਾਂ ਨੂੰ ਬਿਹਤਰ ਸਮਝਦਾ। ਤੇ ਐਸ ਵਕਤ ਜਿੰਨੇ ਵੀ ਹਾਲੀ ਅੱਜ ਤੱਕ ਆਏ ਆ ਜਾਂ ਕੋਈ ਸਮਝਦਾਰ ਹਕੀਮ ਹਾਜ਼ਰਾਤ ਆ ਗਏ ਆ। ਰਾਣੇ ਦੇ ਪਾਏ ਦਾ ਆਦਮੀ ਕੋਈ ਨਹੀਂ ਹੈਗਾ। ਸਹੀ ਜੀ। ਰਾਣਾ ਸਾਹਿਬ ਹਰ ਚੀਜ਼ ਨੂੰ ਬੈਲਾ ਨੂੰ ਵੀ ਸਮਝਦੇ ਸੀ ਤੇ ਭਜਾਣੇ ਵੀ ਜਾਣਦੇ ਸੀ। ਔਰ ਫੇ ਅੱਜ ਤੱਕ ਰਾਉਣ ਚ ਕੋਈ ਟਾਈਮ ਐਸਾ ਨਹੀਂ। ਛਿੱਟ ਦੇ ਵੀ ਰਹੇ ਆ ਉਹ। ਅਜ ਤੱਕ ਬਾਹ ਅੱਡ ਕੇ ਨਾਮ ਅੱਗਾ ਉਸਰੇ ਬੰਦੇ ਨੂੰ ਜੇ ਮਿਲਣਾ ਤਾਂ ਹੱਸ ਕੇ ਜਾ ਕੇ ਮਿਲਣਾ ਹੁਣ ਜੰਮੀ ਨਹੀਂ ਨਾ ਹਾਲਾਂਕਿ ਰਾਣਾ ਸਾਹਿਬ ਦੇ ਅਗਰ ਜੇ ਕਹੇ ਤੇ 22 ਚਾਂਸ ਹਾਰ ਗਿਆ ਕੋਈ ਰਾਉਂਡ ਇਹ ਤੇ ਲੋਕ ਤਾਂ ਢੋਲਾ ਨੂੰ ਲੈ ਕੇ ਤੇ ਮਗਰ ਮਗਰ ਹਉਮ ਦੇਸੀ ਰਾਣਾ ਸਾਹਿਬ ਨੇ ਅਜ ਤੱਕ ਜਿੰਨੀ ਦੇਰ ਅਸੀਂ ਦੇਖੀ ਆਪਣੀ ਔਚ ਰਾਣਾ ਸਾਹਿਬ ਨੂੰ ਅਸੀਂ ਹੌਸਲੇ ਚ ਦੇਖਿਆ ਨਾ ਬਾਬਰਿਆ ਤਾਂ ਨਾ ਹੀ ਅਫਸੋਸ ਕੀਤਾ दे दे दे। अच्छा जी आजम साहब ਤੁਹਾਡੇ ਕੈਰੀਅਰ ਦੇ ਵਿੱਚ ਜੀ ਜੀ ਕੋਈ ਬੰਦਾ ਦੌੜ ਲੂਜ਼ ਵੀ ਕਰਦਾ ਜਿੱਤਦਾ ਵੀ ਆ ਕਈ ਬਹੁਤ ਵੰਡਰਫੁਲ ਸੀਨ ਬਣ ਜਾਂਦੇ ਆ ਜੀ ਅਮੇਜ਼ਿੰਗ ਮੰਜ਼ਰ ਬਣ ਜਾਂਦੇ ਆ ਕੋਈ ਐਸੇ ਜੀ ਯਾਦਗਾਰ ਵਾਕਿਆ ਜੀ ਤੁਹਾਡੇ ਕੈਰੀਅਰ ਦੇ ਵਿੱਚ ਹੋਣ ਜੀ ਹਾਂ ਜੀ ਹੈ ਸੀ ਮੇਰੇ ਕੋਲ ਉਸ ਵੇਲੇ ਪੀਲਾ ਬੈਲ ਸੀ ਜੀ 80 ਬਲਾਕੀ ਦਾ ਉਹ ਅੱਛਾ ਜੀ ਡਿਜਕੋਰਡ ਲੱਗੇ ਜੀ ਜੀ ਡਿਜਕੋਰਡ ਲੱਗੇ ਉਹ ਅਸਲਮ ਚੇਅਰਮੈਨ ਫੌਤ ਹੋ ਗਿਆ ਜੀ ਅੱਛਾ ਜੀ ਉਹਦਾ ਬੈਲ ਸੀ ਦੂਸਰਾ ਬੈਲ ਸਾਡਾ ਸੀ ਉਹ ਫੌਜੀ ਕਾਲੇ ਵਾਲਾ ਜੀ ਇਹ ਦੋਨੇ ਪੀਗਲੇ ਧਗੇ ਸੀ ਅੱਛਾ ਜੀ ਇਹ ਅਸੀਂ ਭਿਜਾਏ ਜੀ ਦੌੜ ਹੋਈ 56 ਜੀ ਮੇਲੇ ਦੀ ਉਸ ਦੌੜ ਤੇ ਭਿਜਾਨ ਲਗਾਏ ਆ ਤੇ ਲੀ ਆ ਐਂਟਰ ਕਰਾਈਆਂ ਸਾਡੀਆਂ ਲੀਕਾਂ ਬਾਹਰ ਆਈਆਂ ਅਸੀਂ ਉਹ ਲੀਕ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਲੀ ਵਿੱਚ ਨਹੀਂ ਲੱਭੀ ਆਖਰ ਆ ਕੇ ਸਾਡੀ ਲੀ 8ਵੇਂ ਰਾਉਂਡ ਸੀ ਆਖਰੀ ਰਾਉਂਡ ਸੀ ਅੱਛਾ ਜੀ ਅਸੀਂ ਉਹਦੇ ਚ ਭਿਜਾ ਦਿੱਤੇ ਉਹ ਫਾਈਨਲ ਚ ਆ ਗਿਆ ਤੇ ਫਾਈਨਲ ਜੀ ਫਿਰ ਜ਼ਾਰੀ ਗੱਲ ਹੈ ਕਿ ਲੀ ਸਾਨੂੰ ਬਾਹਰ ਲੀ ਆਣੀ ਸੀ ਫਿਰ ਸਾਨੂੰ 8ਵੀਂ ਲੀਕ ਆਈ ਔਰ ਸਾਈਡ ਤੇ ਬੰਦੇ ਤੋੜੋ ਤੋੜ ਨਾਲ ਲੱਗੇ ਹੋਏ ਸੀ ਅੱਛਾ ਜੀ ਤੇ ਉਥੋਂ ਅਸੀਂ ਉਹ ਫਸਟ ਦੌੜ ਜਿੱਤੀ ਅੱਛਾ ਜੀ ਬਾਹਲੀ ਲੀਗ ਚੋਂ ਉਹ ਸਾਨੂੰ ਖੁਸ਼ੀ ਬਾਹਲੀ ਲੀਗ ਚ ਜਿੱਤਣ ਦੀ ਤੇ ਫਿਰ ਪਹਿਲੇ ਲੀ ਜਿਹੜੇ ਨਹੀਂ ਸੀ ਦਿੰਦੇ ਉਹਨਾਂ ਤੇ ਸਾਨੂੰ ਜ਼ਰਾ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਈ ਤੇ ਦੂਸਰੀ ਦੌੜ ਫਿਰ ਉਹੀ ਦੋਨੇ ਬੈਲ ਸੀ ਪੀਲੇ ਤੇ ਪੀਰਮਸਾਈ ਦੌੜ ਹੋ ਰਹੀ ਸੀ ਅੱਛਾ ਜੀ ਅਸੀਂ ਢੜਾਈ ਆ ਦੋਨੇ ਬੈਲ ਤੇ ਢੜਾਈ ਆਂਦੀਆ ਰਸਤੇ ਵਿੱਚ ਪ੍ਰੈਣ ਸੀ ਕਮਜ਼ੋਰ ਮਾਰਿਆ ਮੈਂ ਇੱਕ ਬੈਲ ਨੂੰ ਤੇ ਪ੍ਰੈਣ ਟੁੱਟ ਗਈ ਮੋਛਾ ਪੈ ਗਿਆ ਔਰ ਡਿੱਗ ਪਈ ਉਹ ਇਨੀ ਸਿਸਤਰਾ ਮਾਰੀ ਸੀ ਡਾਂਗ ਤੇ ਨਹੀਂ ਸੁਆ ਹੀ ਮਾਰਿਆ ਸੀ ਮਾਰਿਆ ਤੱਕਿਆ ਤੇ ਪ੍ਰੈਣ ਨੂੰ ਟੁੱਟ ਗਈ ਮੋਛਾ ਪੈ ਗਿਆ ਔਰ ਕਮਜ਼ੋਰ ਸੀਗੀ ਤੇ ਉਸ ਬੱਸ ਜੀ ਔਰ ਛੋਟੀ ਸੀ ਪਤਲੀ ਸੀ ਜਰਾ ਅੱਛਾ ਜੀ ਉਹ ਡਿੱਗ ਪਈ ਥੱਲੇ ਤਾਂ ਮੈਂ ਨਾ ਉਹ ਛੋਟੀ ਤੋਂ ਬਗੈਰ ਹੀ ਰੌਂਡ ਜਿੱਤ ਲਿਆ ਸੀ ਅੱਛਾ ਜੀ ਉਹ ਅੱਲਾ ਖੈਰ ਕਰਕੇ ਫਿਰ ਉਹ ਪਿਛਲੇ ਮਾਰਿਓ ਦੇ ਨਾਲ ਹੀ ਟੱਗੇ ਤਕੜੇ ਹੋਇਓ ਸੀ ਜਿੱਤ ਗਏ ਸੀ ਉਦੋਂ ਵੀ ਬੜੀ ਖੁਸ਼ੀ ਜਦੋਂ ਪ੍ਰੈਨ ਟੁੱਟੀ ਆ ਮੈਂ ਸੋਚਿਆ ਸੀ ਕਿ ਹੁਣ ਖਤਮ ਰਹਿ ਗਏ ਹੁਣ ਹਾਂਜੀ ਲੇਕਿਨ ਉਹ ਚੰਗੀਆਂ ਜੋਗਾ ਸੀ ਉਹਨਾਂ ਨੂੰ ਜਿੱਤ ਲਿਆ ਸੀ ਅੱਛਾ ਜੀ ਹਾਂਜੀ ਇਹ ਬੜਾ ਇੱਕ ਵਾਰੀ ਫਿਰ ਜੀ ਇੱਥੇ ਦੌੜ ਹੋਈ ਸੀ ਆਪਣਾ 50 ਦੇ ਵਿੱਚ ਉੱਥੇ ਇਹ ਵੀ ਇਹ ਦੋਨੇ ਪੀਲੇ ਜੋੜੇ ਹੋਏ ਸੀ ਅੱਛਾ ਜੀ ਉਦੋਂ ਵੀ ਨਾਮਵਰ ਗੱਡੀਆਂ ਸਾਰੀਆਂ ਹੀ ਰੌਂਡ ਦੇ ਵਿੱਚ ਨਾਲ ਸੀ ਆ ਤੇ ਸਾਡੇ ਟਗੇ ਉੱਠ ਕੇ ਥੋੜਾ ਜਿਹਾ ਲੀਗ ਚੋਂ ਬਾਹਰ ਨਿਕਲੇ ਤੇ ਮੇ ਤੋਂ ਸਾਰੀਆਂ ਗੱਡੀਆਂ ਅੱਗੇ ਹੋ ਗਈਆਂ ਤੇ ਮੈਂ ਉਦੋਂ ਸੋਚਿਆ ਕਿ ਹੁਣ ਖਤਮ ਹੋ ਗਈ ਗੱਲ। ਗੱਲ ਹੌਸਲਾ ਨਹੀਂ ਛੱਡਿਆ ਮੈਂ ਹੱਕ ਦਾ ਆਂ। ਆਲ ਰੌਂਡ ਫੇਰ ਜਿੱਤ ਲਿਆ। ਇੱਕ ਉਹ ਸਭ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਉਦੋਂ ਕਿ ਟੁੱਟ ਕੇ ਹਾਰ ਕੇ ਫੇਰ ਜਿੱਤ ਗਏ। ਅੱਛਾ ਜੀ। ਤੇ ਬਾਕੀ ਫੇਰ ਹਰਦੇ ਵੀ ਰਹੇ ਆ। ਉਹਦੇ ਵਿੱਚ ਇੰਨਾ ਵੀ ਕਦੀ ਨਹੀਂ ਸੀ ਦਿਲ ਨੂੰ ਲਾਇਆ ਕਿ ਮਾਰੀ ਗਏ ਆ ਕੋਈ ਨਹੀਂ। ਸ਼ੁਕਰ ਅੱਲਾ ਫਿਰ ਸੇ ਹੀ ਅੱਲਾ ਖੈਰ ਕਰੋ। ਅੱਛਾ ਜੀ। ਉਦੋਂ ਸ਼ੌਕ ਤੁਸੀਂ ਸ਼ੁਰੂ ਕੀਤਾ ਸੀਗਾ ਤੇ ਹੁਣ ਤੁਸੀਂ ਸ਼ੌਕ ਜਣੀ ਸਵਾਰੀ ਖਤਮ ਕਰਤੀ ਆ ਲੇਕਿਨ ਸ਼ੌਕ ਕਰ ਰਹੇ ਆ ਸ਼ੌਕ ਕਰ ਰਹੇ ਤੁਸੀਂ ਸਵਾਰੀ ਸ਼ੁਰੂ ਕੀਤੀ ਤੇ ਸਵਾਰੀ ਖਤਮ ਹੋਈ ਜੀ ਤੁਹਾਡੀ ਹਾਂਜੀ ਸ਼ੁਰੂਦ ਤੇ ਐਂਡ ਤੇ ਜੀ ਕਿਹੜੀਆਂ ਤਬਦੀਲੀਆਂ ਸ਼ੌਕ ਚਾਹੀਆਂ ਜੀ ਕੋਈ ਪਹਿਲੇ ਸ਼ੌਕ ਜੀ ਚੰਗਾ ਸੀ ਜਾਂ ਹੁਣ ਜੀ ਨਹੀਂ ਸ਼ੌਕ ਪਹਿਲੇ ਵਾਲੇ ਹੀ ਪਸੰਦੀ ਜੀ ਉਦੋਂ ਪਾਰਟੀਆਂ ਸੀਆਂ ਉਦੋਂ ਬੰਦੇ ਟੱਗੇ ਟੱਗਿਆਂ ਦੇ ਨਾਲ ਮੁਕਾਬਲੇ ਚ ਲਾਉਂਦੇ ਸੀ ਉਸ ਤੋਂ ਬਾਅਦ ਜੇ ਤੁਹਾਡੇ ਤਾਂ ਮੇਰੇ ਟੱਗੇ ਭਜਦੇ ਆ ਤੁਹਾਡੇ ਹਰ ਗਏ ਆ ਤੇ ਉਸ ਤੋਂ ਬਾਅਦ ਤੁਸੀਂ ਮੇਰਾ ਢੱਗਾ ਨਹੀਂ ਜੋੜਨਾ ਤੁਸੀਂ ਕੋਸ਼ਿਸ਼ ਇਹ ਕਰਨੀ ਆ ਕਿ ਆਪਣਾ ਹੋਰ ਢੱਗਾ ਜੋੜ ਕੇ ਪਾਰਟੀ ਦਾ ਜੋੜ ਕੇ ਮੈਨੂੰ ਜਿੱਤਣਾ ਅੱਛਾ ਜੀ ਹੁਣ ਤਬਦੀਲੀ ਇਹ ਆਈ ਆ ਕਿ ਗਰੁੱਪ ਕੋਈ ਨਹੀਂ ਰਹਿ ਗਿਆ ਪਾਰਟੀ ਕੋਈ ਨਹੀਂ ਰਹਿ ਗਈ ਮੇਰਾ ਢੱਗਾ ਜਿੱਤਦਾ ਜਿਸ ਬੰਦੇ ਤੋਂ ਜਿੱਤਦਾ ਉਹ ਕੱਲ ਨੂੰ ਮੇਰੇ ਕੋਲ ਮੰਗਣ ਆਇਆ ਹੁੰਦਾ ਤੇ ਮੇਰਾ ਹਰ ਜਾਂਦਾ ਮੈਂ ਵੀ ਇਹੀ ਕੰਮ ਕਰਦਾ ਹੁਣ ਇੱਕ ਤਾਂ ਸਭ ਤੋਂ ਵੱਡੀ ਤਬਦੀਲੀ ਇਹ ਆ ਜਿਹਨੇ ਸ਼ੌਕ ਨੂੰ ਉਹ ਮੁਕਾਬਲਾ ਖਤਮ ਹੋ ਗਿਆ ਕਿਉਂਕਿ ਜਦੋਂ ਮੰਗਣ ਚੱਲਾ ਗਿਆ ਜਿਹਨਾਂ ਮੁਕਾਬਲਾ ਤਾਂ ਫਿਰ ਗਲਤ ਨਾ ਚਸ ਰਹੀ ਹੋ ਪਹਿਲੇ ਇਹ ਸੀ ਕਿ ਪਾਰਟੀਆਂ ਦੀ ਦੌੜ ਸੀ ਪਾਰਟੀਆਂ ਦੀ ਦੌੜ ਚਾਸਾਂ ਦੀ ਸੀ ਮੁਕਾਬਲੇ ਤੇ ਗੱਡੀਆਂ ਜਾਂਦੀਆਂ ਸੀ ਇੱਕ ਗਰੁੱਪ ਦੀਆਂ ਵੀ ਗਈਆਂ ਦੂਸਰੇ ਗਰੁੱਪ ਦੀਆਂ ਵੀ ਗਈਆਂ ਇਹ ਤਾਂ ਮੁਕਾਬਲੇ ਤੇ ਗੱਡੀਆਂ ਜਾਂਦੀਆਂ ਸੀ ਫਿਰ ਉਹਦੀ ਮਜ਼ਾ ਬੜਾ ਆਉਂਦਾ ਸੀ ਹੁਣ ਮਜ਼ਾ ਨਹੀਂ ਪਤਾ ਨਹੀਂ ਲੱਗਦਾ ਪਾਰਟੀ ਚ ਬੰਦੇ ਆ ਜਿੱਧੇ ਆ ਜਿੱਧੇ ਰ ਆ ਦੂਸਰੇ ਦਿਨ ਉਹਨਾਂ ਤੋਂ ਹਰ ਦੇ ਉਹਨਾਂ ਦੇ ਨਾਲ ਹੀ ਲੱਗੇ ਹੋਏ ਆ ਇਹ ਫਰਕ ਮੇਨ ਜਿਹੜਾ ਫਰਕ ਆਇਆ ਫਿਰ ਦੌੜ ਕੱਟ ਗਈ ਇਹਦੇ ਨਾਲ ਵੀ ਫਰਕ ਉਦੋਂ ਦੌੜ ਫਿਰ 8 ਕਿਲੇ ਦੀ ਕਾਫੀ ਦੇਰ ਰਹੀ ਹੈ ਪਹਿਲੇ 10 ਕਿਲੇ ਦੀ ਫਿਰ 8 ਕਿਲੇ ਦੀ ਕਾਫੀ ਦੇਰ ਰਹੀ ਹੈ 8 ਕਿਲੇ ਦੇ ਵਿੱਚ ਵੀ ਠੀਕ ਰਿਹਾ ਕੰਮ ਲੇਕਿਨ ਹੁਣ ਤਾਂ ਬਿਲਕੁਲ ਹੀ ਛੋਟੀ ਹੁੰਦੀ ਹੈ ਉਹਨਾਂ ਦੀ ਵੱਡੀ ਦੌੜ 7 ਕਿਲੇ ਨੂੰ ਗਿਣਦੇ ਆ ਹਾਂਜੀ ਤੇ ਹੁਣ ਉਹ ਮਜ਼ਾ ਨਹੀਂ ਜਿਹੜਾ ਉਦੋਂ ਟਗਿਆਂ ਦਾ ਐਂਡ ਦਾ ਜਿਹਦੇ ਵਿੱਚ ਜਿੰਦ ਦਾ ਪਤਾ ਲੱਗਦਾ ਸੀ ਨਾ ਉਹ ਗੱਲ ਨਹੀਂ ਰਹੀ ਤੇ ਤੁਸੀਂ ਆਖਿਰ ਤੇ ਜੀ ਆਪਣੇ ਕਿਸਾਨ ਭਰਾਵਾਂ ਨੂੰ ਸ਼ਕੀਨ ਭਰਾਵਾਂ ਨੂੰ ਕੀ ਪੇਗਾਮ ਦਿਓਗੇ ਜੀ ਨਹੀਂ ਸ਼ੌਕ ਤਾਂ ਠੀਕ ਹੈ ਜੀ ਕਰਨਾ ਚਾਹੀਦਾ ਕਰਨ ਲੇਕਿਨ ਮੈਂ ਤਾਂ ਇਹੀ ਮੇਰਾ ਮੇਰਾ ਦਿਲ ਇਹ ਹੈ ਕਿ ਦੌੜ ਹੁਣ ਵੀ 8 ਕਿਲੇ ਦੀ ਕਮਜ਼ਕਮ ਹੋਣੀ ਚਾਹੀਦੀ ਹੈ ਤੇ ਹੁਣ ਕਰਾਂ 8 ਕਿਲੇ ਦੀ ਦੌੜ ਫੇਰ ਹੀ ਮੁਕਾਬਲੇ ਦਾ ਪਤਾ ਲੱਗਦਾ ਫੇਰ ਹੀ ਘਰ ਦੀ ਸਾਂਭ ਦਾ ਪਤਾ ਲੱਗਦਾ ਬੰਦਿਆਂ ਦਾ ਤੇ ਜਿਹੜੀ ਹੈਗੀ ਛੋਟੀਆਂ ਦੌੜਾਂ 'ਚ ਮਜ਼ਾ ਨਹੀਂ ਆਉਂਦਾ ਜੀ आजम ਸਾਹਿਬ ਬਹੁਤ ਸਦਾ ਸ਼ੁਕਰੀਆ ਜੀ ਅੰਕਲ ਅਸ਼ਰਫ ਸਾਹਿਬ ਜੀ ਤੁਸੀਂ ਸਾਡੇ ਨਾਲ ਜੀ ਗੱਲਾਂ ਬਾਤਾਂ ਕੀਤੀਆਂ ਜੀ ਦੋਸਤੋ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ ਤੇ ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ ਤਦੋਂ ਤੱਕ ਵਾਸਤੇ ਆਪਣਾ ਖਿਆਲ ਰੱਖਣਾ ਜੀ ਅੱਲਾਹ ਹਾਫਿਜ਼ ਅੱਲਾਹ ਨੇ ਕਿਭਾਂ ਰੱਬ ਰੱਖਾ